ਦਰਸ਼ਕੋ ਸਸਰੀਕਾਲ ਨਮਸਕਾਰ ਆਦਾਬ ਅੱਜ ਅਸੀਂ ਸਾਡੇ ਇਸ ਖਿੱਤੇ ਦੇ ਉੱਗੇ ਸਮਾਜ ਸ਼ਾਸਤਰੀ ਆਰਥਿਕ ਮਾਮਲਿਆਂ ਦੇ ਮਾਰ ਪ੍ਰੋਫੈਸਰ ਹਰਕਿਸ਼ਨ ਸਿੰਘ ਮਹਿਤਾ ਸਾਡੇ ਨਾਲ ਨੇ ਉਹਨਾਂ ਕੋਲੋਂ ਵਕ ਵਕ ਮਾਮਲਿਆਂ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਵਿੱਚ ਖਾਸ ਜਿਹੜਾ ਰੈਫਰੈਂਸ ਸਾਡਾ ਹੋਏਗਾ ਉਹ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਆਰਡੀਨੈਂਸ ਹੈ ਉਹ ਜਾਰੀ ਕੀਤੇ ਆ ਜਿਹੜੇ ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ਤੇ ਕਿਸਾਨੀ ਨਾਲ ਹੈ ਤੇ ਉਹਨਾਂ ਬਾਰੇ ਕ ਇੱਕ ਦਿਨ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹ ਤਿੰਨੇ ਆਰਡੀਨੈਂਸਾਂ ਦਾ ਪੰਜਾਬ ਜਿਹੜੇ ਹੋਰ ਸੂਬੇ ਹੈ ਖੇਤੀ ਵਾਲੇ ਉਹਨਾਂ ਦੇ ਉੱਪਰ ਕੀ ਅਸਰ ਪੈਗਾ ਮਹਿਤਾ ਸਾਹਿਬ ਤੋਂ ਜਾਣਨ ਦਾ ਯਤਨ ਕਰਾਂਗੇ ਮਹਿਤਾ ਸਾਹਿਬ ਇਹ ਤਿੰਨੇ ਆਰਡੀਨੈਂਸਾਂ ਦਾ ਕਿਸਾਨੀ ਦੇ ਉੱਪਰ ਕੀ ਅਸਰ ਪੈਗਾ ਇਹ ਸਾਰੇ ਦੇਸ਼ ਵਿੱਚ ਵੱਖ-ਵੱਖ ਕਿਸਾਨੀ ਦੇ ਉੱਪਰ ਫਰਕ ਪੈਗਾ ਲੇਕਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਇਲਾਕੇ ਜਿੱਥੇ ਬਹੁਤ ਸਾਰੇ ਪੰਜਾਬੀ ਵਸੋਂ ਆ ਔਰ ਉਹਨਾਂ ਵਿੱਚ ਜੋ ਪੰਜਾਬੀ ਕਿਸਾਨ ਬਹੁਤ ਸਾਰੇ ਹਨ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਘਾਤਕ ਅਸਰ ਹੋਏਗਾ ਅੱਛਾ ਇਹ ਤਾਂ ਹੋ ਸਕਦਾ ਹੈ ਕਿ ਕੁਝ ਦੇਰ ਲਈ ਉਹ ਕੁਝ ਲੋਕਾਂ ਨੂੰ ਇਸ ਗੱਲ ਦੇ ਉੱਪਰ ਪੁਲਾ ਸਕਣ ਜਾਂ ਇਹਨੂੰ ਹੌਲੇ-ਹੌਲੇ ਕਰਕੇ ਇੰਪਲੀਮੈਂਟ ਕਰਨ ਤਾਂ ਕਿ ਇਸ ਨੂੰ ਬਹੁਤ ਵੱਡਾ ਹੰਗਾਮਾ ਪੰਜਾਬ ਵਿੱਚ ਨਾ ਖੜਾ ਹੋਵੇ ਇਹ ਚੀਜ਼ ਸੰਭਵ ਹੈ ਲੇਕਿਨ ਪੰਜਾਬ ਵਿੱਚ ਕੁਝ ਲੋਕ ਐਸੇ ਵੀ ਹੈਨ ਔਰ ਪੰਜਾਬ ਹੀ ਇੱਕ ਵਾਹਿਦ ਸੂਬਾ ਹੈ ਦੇਸ਼ ਦਾ ਜਿੱਥੇ ਕਿ 25 ਏਕੜ ਤੋਂ ਵੱਡੇ ਫਾਰਮ 14% ਹੀ ਹੈ ਬਹੁਤ ਸਾਰੇ ਸੂਬਿਆਂ ਵਿੱਚ ਬਹੁਤ ਛੋਟੇ ਫਾਰਮ ਹਨ ਤੇ ਪੰਜਾਬ ਵਿੱਚ ਇਹ 14 ਫੀ ਸਦੀ ਜਿਹੜੀ ਹੈ ਕਿ ਇਹ ਬਹੁਤ ਵੱਡੇ ਜਿਹੜੇ ਫਾਰਮਰਸ ਹੈ ਇਹ ਜ਼ਰੂਰੀ ਨਹੀਂ ਕਿ ਉਹ ਸਾਰੀ ਜ਼ਮੀਨ ਜਿਹੜੀ ਉਹ ਵਾਂਦੇ ਆ ਉਹ ਉਹਨਾਂ ਦੀ ਮਲਕੀਅਤ ਦੀ ਹੋਵੇ ਬਹੁਤ ساری ਲੀਜ਼ ਇਨ ਲੈਂਡ ਹੈ ਹਾਂਜੀ ਔਰ ਬਹੁਤ ਸਾਰੇ ਜ਼ਮੀਨਾ ਜਿਹੜੀਆਂ ਕਿ ਪੁਰਾਣੇ ਖੇਤੀ ਤਰੀਕਿਆਂ ਨਾਲ ਵਰਤੀਆਂ ਜਾਂਦੀਆਂ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਗੁਜ਼ਾਰੇ लायक ਔਰ ਆਪਣਾ ਖਾਣ ਪੀਣ ਤੋਂ ਇਲਾਵਾ ਆਪਣੇ ਬੱਚਿਆਂ ਦੀ ਪੜਾਈ ਪੱਕੇ ਮਕਾਨ ਬਣਾਉਣ ਦੀ ਯੋਗਤਾ ਵਿੱਚ ਸਨ ਉਹ ਖੇਤੀ ਵਿੱਚੋਂ ਬਾਹਰ ਨਿਕਲ ਕੇ ਇੰਡਸਟਰੀ ਵਿੱਚ ਨਹੀਂ ਆਏ ਉਹ ਹੋਰ ਕਿਸੇ ਪਾਸੇ ਨਹੀਂ ਜਾ ਸਕੇ ਕਿਉਂਕਿ ਪੰਜਾਬ ਵਿੱਚ ਇੰਡਸਟਰੀ ਡਿਵੈਲਪ ਨਹੀਂ ਹੋਈ ਕੀਤੀ ਨਹੀਂ ਗਈ ਜੱਦ ਤੱਕ ਇਥੇ ਸਰਕਾਰੀ ادارے ਨਾ ਲਗਾਏ ਜਾਂਦੇ ਤੇ ਪ੍ਰਾਈਵੇਟ ਪਾਰਟਨਰਸ ਇਥੇ ਆਣਾ ਹੀ ਨਹੀਂ ਸੀ ਔਰ ਲਗਾਤਾਰ ਇਥੇ ਕ੍ਰੈਡਿਟ ਡਿਪੋਜ਼ਿਟ ਰੇਸ਼ੋ ਬੈਂਕਸ ਦੀ ਪੰਜਾਬ ਦੇ ਐਡਵਰਸਰੀ ਹੈ ਔਰ ਇਹ ਹਿੰਦੁਸਤਾਨ ਪਾਕਿਸਤਾਨ ਦੇ ਰਿਲੇਸ਼ਨਸ ਅੱਛੇ ਨਾ ਹੋਣ ਦਾ ਇੱਕ ਕਾਰਨ ਸੀ ਤੇ ਦੂਸਰਾ ਕਾਰਨ ਸੇ ਇਹ ਸੀ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਪਰ ਇਥੋਂ ਪ੍ਰੋਕਿਊਰ ਕਰਨਾ आसान ਸੀ ਕਿਸਾਨ ਆਸਾਨੀ ਨਾਲ ਉਸ ਪਾ ਦੇ ਉੱਪਰ ਦੇ ਦੇ ਦਿੰਦੇ ਸਨ ਬਾਕੀ ਦੇਸ਼ ਵਿੱਚ ਇਹ ਮੁਸ਼ਕਲ ਸੀ ਦਿੱਲੀ ਦੇ ਹਾਰ ਪਾਰ ਦਾ ਹਰਿਆਣਾ ਉਹ ਉੱਥੇ ਪ੍ਰੋਕਿਊਰਮੈਂਟ ਨਹੀਂ ਹੁੰਦੀ ਸੀ ਪ੍ਰੋਕਿਊਰਮੈਂਟ ਸਿਰਫ ਇਸ ਇਲਾਕੇ ਦੀ ਜ਼ਿਆਦਾ ਹੁੰਦੀ ਸੀ ਸੋ ਹਰ ਸੂਬੇ ਦੇ ਹਾਲਾਤ ਵੱਖਰੇ ਵੱਖਰੇ اور ਪੰਜਾਬ ਵਿੱਚ ਬਗਾਵਤ ਵੀ ਬਹੁਤ ਤਿੱਖੀ ਹੋਣ ਦੀ ਸੰਭਾਵਨਾ ਹੈ ਲੇਕਿਨ ਇਹ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕੀ ਰੁਖ ਇਖਤਿਆਰ ਕਰੇਗੀ ਮਤਲਬ ਮੈਂ ਤੇ ਸਵਾਲ ਹੈ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਤੇ ਕੁਝ ਹੋਰ ਹਿੱਸਿਆਂ ਦੇ ਵਿੱਚ ਦੇਖ ਜਾਂਦੇ ਦੇ ਵਿੱਚ ਇਹ ਤਿੰਨਾਂ ਆਰਡੀਨੈਂਸ ਨੂੰ ਲੈ ਕੇ ਇੱਕ ਅੰਦੋਲਨ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਦੋ ਦਿਨ ਪਹਿਲਾਂ ਕਿਸਾਨ ਸੜਕਾਂ ਤੇ ਆਏ ਸੀ ਕੱਲ ਇੱਕ ਹੋਰ ਧਿਰ ਨੇ ਜਿਹੜੇ ਲੋਕ ਸਭਾ ਮੈਂਬਰ ਹੈ ਕੇਂਦਰੀ ਮੰਤਰੀ ਹੈ ਤੇ ਉਹਨਾਂ ਦੇ ਦਰਾਂ ਦੇ ਸਾਹਮਣੇ ਜਾ ਕੇ ਮਜਾਰੇ ਕਰਨੇ ਸ਼ੁਰੂ ਕੀਤੇ ਆ ਤੇ ਜਿਹੜੀ ਅੰਦੋਲਨ ਇਹ ਲਗਾਤਾਰ ਜਾਰੀ ਰਹੇਗਾ ਅਗਲੇ ਦਿਨਾਂ ਦੇ ਵਿੱਚ 10 ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਉਹ ਵੀ ਮੈਦਾਨ ਦੇ ਵਿੱਚ ਆ ਰਹੀਆਂ ਨੇ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਸ਼ੁਰੂ ਕੀਤੀ ਸੀ ਉਹਨਾਂ ਦੀ ਹਮਾਇਤ ਲੱਖੋਵਾਲ ਨੇ ਕੀਤੀ ਸੀ ਤੇ ਲਗਭਗ ਮੈਨੂੰ ਲੱਗਦਾ ਕਿ ਪੰਜਾਬ ਦਾ ਤੇ ਹੋਰ ਰਾਜਾਂ ਦਾ ਕਾਫੀ ਵੱਡੀ ਗਿਣਤੀ ਜਿ ਕਿਸਾਨ ਇਸ ਲਹਿਰ ਦੇ ਵਿੱਚ ਕੁੱਦ ਪਿਆ ਇਹਦਾ ਕੀ ਅਸਰ ਰਹੇਗਾ ਮਤਲਬ ਇਹ ਲਹਿਰ ਕਿੱਧਰ ਨੂੰ ਰੂਪ ਲਏਗੀ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਕਿਸਾਨੀ ਦੀ ਵੱਖ-ਵੱਖ ਤਰ੍ਹਾਂ ਦੀਆਂ ਐਜੀਟੇਸ਼ਨਸ ਹੋ ਰਹੀਆਂ ਹਨ ਪੰਜਾਬ ਹਰਿਆਣਾ ਤੇ ਹਰਿਆਣਾ ਵਿੱਚ ਅਖਬਾਰਾਂ ਵਿੱਚ ਤਾਂ ਜ਼ਰੂਰ ਲਿਖਿਆ ਗਿਆ ਹਰਿਆਣਾ ਸਾਰਾ ਲੇਕਿਨ ਨਾਨ ਐਨਸੀਆਰ ਏਰੀਆ ਵਿੱਚ ਆਇਆ ਸਰ ਹਾਂਜੀ ਹਾਂਜੀ ਨਾਨ ਐਨਸੀਆਰ ਅ ਨਾਨ ਐਨਸੀਆਰ ਜਿੱਥੇ ਦੇ ਇਸ ਵਿੱਚ ਤੇ ਰਾਜਸਥਾਨ ਦਾ ਜਿਹੜਾ ਇਲਾਕਾ ਪੰਜਾਬ ਦੇ ਇਲਾਕੇ ਦੇ ਨਾਲ ਲੱਗਦਾ ਜਿੱਥੇ ਬਹੁਤ ਪੰਜਾਬੀ ਕਿਸਾਨ ਵਸੇ ਹੋਏ ਆ ਗੱਗਾ ਨਾ ਕਰਵਾਲਾ ਹਾਂਜੀ ਹਾਂ ਇਹ ਪਹਿਲੀ ਵਾਰੀ ਇਹਨਾਂ ਨਾਲ ਰਲ ਕੇ ਇਕੱਠੇ ਹੋਏ ਆ ਤੇ ਤਾਮਿਲਨਾਡੂ ਵਿੱਚ ਵੀ ਇਹ ਕੰਮ ਹੋਇਆ ਵੇ ਕਿਉਂਕਿ ਉੱਥੇ ਦੇ ਵੀ ਹਾਲਾਤ ਕਾਫੀ ਹੱਦ ਤੱਕ ਇਸ ਕਿਸਮ ਵਰਗੇ ਸਨ ਉਵੇਂ ਦਾ ਮਹਾਰਾਸ਼ਟਰ ਦੇ ਵਿੱਚ ਵੀ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਭਾਵੇਂ ਕਿ ਉਹ ਇਸ ਗੱਲ ਨੂੰ ਲੈ ਕੇ ਵੀ ਦੁੱਧ ਦੀਆਂ ਕੀਮਤਾਂ ਨਹੀਂ ਉਹਨਾਂ ਨੂੰ ਮਿਲ ਰਹੀਆਂ ਉੱਥੇ ਸਮੱਸਿਆ ਹੀ ਸਭ ਤੋਂ ਵੱਡੀ ਦੁੱਧ ਦੀ ਹੈ ਜਿੱਥੇ ਜਿਸ ਕਿਸਮ ਦੀ ਸਮੱਸਿਆ ਹੋਏ ਉਸ ਕਿਸਮ ਦੀ ਐਜੀਟੇਸ਼ਨ ਮੰਗ ਉਸ ਅਨਸਾਰ ਹੀ ਪੈਦਾ ਹੁੰਦੀ ਹੈ ਹਾਲੀ ਤੱਕ ਐਸਾ ਮਾਹੌਲ ਹਿੰਦੁਸਤਾਨ ਚ ਨਹੀਂ ਬਣਿਆ ਜਿਸ ਦੇ ਕਿਸਾਨ ਔਰ ਮਜ਼ਦੂਰ ਇਕੱਠੇ ਚੱਲ ਰਹੇ ਹੋਣ ਲੇਕਿਨ ਖੂਬਸੂਰਤ ਗੱਲ ਇਹ ਹੈ ਕਿ ਦੂਜੇ ਦਿਨ ਜਿਹੜਾ ਐਜੀਟੇਸ਼ਨ ਹੋਈਏ ਜਿਸ ਦੀ ਅੱਜ ਅਖਬਾਰ ਖਬਰਾਂ ਛਪੀਆਂ ਇਸ ਦੇ ਵਿੱਚ ਕਿਸਾਨ ਔਰ ਮਜ਼ਦੂਰ ਇਕੱਠੇ ਕਈ ਸਾਲਾਂ ਤੋਂ ਐਜੀਟੇਸ਼ਨ ਇਕੱਠੇ ਕਰ ਰਹੇ ਹਨ ਔਰ ਉਹ ਚੀਜ਼ ਸਿਰਫ ਪੰਜਾਬ ਤੱਕ ਸੀਮਤ ਸੀ ਹੁਣ ਪੰਜਾਬ ਤੋਂ ਇਲਾਵਾ ਹਰਿਆਣੇ ਵਿੱਚ ਵੀ ਉਹ ਪੰਜਾਬ ਤੇ ਖੇਤੀ ਦੇ ਮਜ਼ਦੂਰ ਕਿਉਂਕਿ ਉਹਨਾਂ ਤੇ ਵੀ ਅਸਰ ਪੈ ਰਿਹਾ ਹੈ ਨਹੀਂ ਅਸਰ ਤਾਂ ਇਹਦਾ ਖਪਤਕਾਰਾਂ ਦੇ ਉੱਪਰ ਵੀ ਪੈਗਾ ਕਿਉਂਕਿ ਜਿਹੜੀ ਹੁਣ ਹੋਲਡਿੰਗ ਹੈ ਜਿਹੜੀ ਸਟੋਰ ਕਰਨਾ ਭੰਡਾਰ ਕਰਨ ਦੀ ਕੋਈ ਲਿਮਟ ਹੀ ਨਹੀਂ ਰਹਿਣ ਦਿੱਤੀ ਗਈ ਜਿਹੜਾ ਅਸਰ ਹੈ ਨਾ ਉਹ ਜਿਹੜਾ ਸ਼ਹਿਰੀ ਹੈ ਉਸ ਨੂੰ ਇਸ ਗੱਲ ਦਾ ਬਹੁਤ ਸਾਰੇ ਸ਼ਹਿਰੀਆਂ ਨੂੰ ਤਾਂ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕਿ ਉਹਨਾਂ ਦਾ ਅਨਾਜ ਦੀ ਕੰਜ਼ਮਪਸ਼ਨ ਉਹਨਾਂ ਦੇ ਟੋਟਲ ਖਰਚੇ ਦੇ ਵਿੱਚ ਬਹੁਤ ਥੋੜਾ ਹਿੱਸਾ ਹੈ ਜਿਹੜੇ ਲੋਕ ਪੰਜਾਬ ਵਿੱਚ ਸ਼ਹਿਰੀ ਲੋਕ ਜਿਨ੍ਹਾਂ ਜਿਨ੍ਹਾਂ ਕੋਲ ਅਨਾਜ ਦਾ ਕੋਈ ਹੋਰ ਇੰਤਜ਼ਾਮ ਨਹੀਂ ਕਿਉਂਕਿ ਸਿਰਫ ਦੋ ਹੀ ਫਸਲਾਂ ਪ੍ਰੋਕਿਊਰ ਹੁੰਦੀਆਂ ਸਨ ਕਣਕ ਤੇ ਝੋਨਾ ਤੇ ਝੋਨਾ ਚਾਵਲ ਹੋਰ ਕੋਈ ਚੀਜ਼ ਨਹੀਂ ਹੁੰਦੀ ਸੀ ਇਸ ਕਰਕੇ ਉਸ ਦਾ ਅਸਰ ਨਹੀਂ ਪਵੇਗਾ ਉਹਨਾਂ ਚੀਜ਼ਾਂ ਦਾ ਪੰਜਾਬ ਦੇ ਸ਼ਹਿਰੀਆਂ ਤੇ ਉੱਪਰ ਅਸਰ ਇਹਨਾਂ ਦਾ ਜ਼ਿਆਦਾ ਨਹੀਂ ਹੈ ਲੇਕਿਨ ਫੇਰ ਵੀ ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਪਿਛਲੇ 2 ਮਹੀਨੇ ਤੋਂ ਲਗਾਤਾਰ ਮਹਿੰਗਾਈ ਪੰਜਾਬ ਵਿੱਚ ਬਹੁਤ ਜ਼ਿਆਦਾ ਵਧੀ ਹੈ ਇਸ ਦੇ ਕੋਈ ਸ਼ੱਕ ਨਹੀਂ ਹੈ ਔਰ ਪੰਜਾਬ ਦੇ ਜਿਹੜੇ ਪੈਨਸ਼ਨਰ ਹੈ ਇਸ ਬਾਰੇ ਕਾਫੀ ਚਿੰਤਤ ਹੈ ਉਹ ਆਪਣੀਆਂ ਮੰਗਾਂ ਜਿਸੇ ਲਈ ਰੱਖਦੇ ਆ ਨਾਲ ਮਹਿੰਗਾਈ ਦੇ ਖਿਲਾਫ ਵੀ ਬਕਾਇਦਾ ਨਾਰੇ ਮਾਰਦੇ ਪੈਨਸ਼ਨਰ ਜਿਸੇ ਲਈ ਜਾਂਦੇ ਆ ਉਹਨਾਂ ਪੈਨਸ਼ਨਰਸ ਦੇ ਇਲਾਵਾ ਹੁਣ ਉਹਨਾਂ ਦੇ ਨਾਲ ਦੂਸਰੇ ਲੋਕ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀਆਂ ਜਿਨ੍ਹਾਂ ਨੂੰ ਪ੍ਰੋਵੀਡੈਂਟ ਫੰਡ ਵਗੈਰਾ ਮਿਲਦੇ ਸਨ ਜਿਹੜੇ ਸਰਕਾਰੀ ਮੁਲਾਜ਼ਮ ਸਨ ਉਹ ਵੀ ਉਹਨਾਂ ਨਾਲ ਸ਼ਾਮਲ ਹੋਣ ਲੱਗ ਪਏ ਇੱਕ ਵਿਸ਼ਾਲ ਮੋਬਿਲਾਈਜੇਸ਼ਨ ਦੀ ਸੰਭਾਵਨਾ ਜ਼ਰੂਰ ਹੈ ਲੇਕਿਨ ਪੱਕੇ ਤੌਰ ਤੇ ਤਾਂ ਕੋਈ ਕੁਝ ਵੀ ਨਹੀਂ ਸਿਆਸਤ ਦੇ ਬਾਰੇ ਕਹਿ ਸਕਦਾ ਕਿ ਕੱਲ ਕੀ ਹੋਣ ਵਾਲਾ ਵੇ ਬਿਹਾਰ ਦਾ ਚੋਣ ਬੜੀ ਨੇੜੇ ਹੈ ਇਹਨਾਂ ਨੂੰ ਸવાય ਚੋਣਾਂ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਚਿੰਤਾ ਹੁੰਦੀ ਨਹੀਂ ਇੱਕ ਮੈਂ ਤਾਂ ਸਰ ਮੈਂ ਪੁੱਛਣਾ ਇੱਥੇ ਇੱਕ ਸਵਾਲ ਹੈ ਮਤਲਬ ਕੇਂਦਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਾਂਗੇ। ਹੂੰ। ਮਤਲਬ 2022 ਤੱਕ ਇਹ ਜਿਹੜੇ ਆਰਡੀਨੈਂਸ ਹੈ ਇਹਨਾਂ ਨਾਲ ਤੁਹਾਨੂੰ ਲੱਗਦਾ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਗੀ। ਇਹਨਾਂ ਦਾ ਇੱਕੋ ਇੱਕ ਲੌਜਿਕ ਹੈ ਵੀ ਇਹਦੇ ਨਾਲ ਕਿਸਾਨ ਆਪਣੀ ਜਿਹੜੀ ਜਿੰਸ ਹੈ ਉਹ ਜਿਹੜੀ ਮੰਡੀ 'ਚ ਵੱਧ ਰੇਟ ਮਿਲੇਗਾ ਉੱਥੇ ਲੈ ਜਾਏਗਾ। ਤੇ ਇਹ ਵੀ ਫੈਕਟ ਹੈ, ਇਹ ਤੱਥ ਹੈ ਕਿ ਦੇਸ਼ ਦੀ ਜਿਹੜੀ 86% ਦੀ ਕਿਸਾਨੀ ਆ ਉਹ 5 ਏਕੜ ਤੋਂ ਘੱਟ ਆ। ਉਹ 5 ਏਕੜ ਵਾਲੇ ਤਾਂ ਇੱਥੇ ਮਸੀਂ ਮੰਡੀਆਂ 'ਚ ਲੈ ਕੇ ਜਾਂਦੇ ਲਿਆਉਂਦੇ ਆ ਉਹ ਦੂਜੇ ਸੂਬੇ ਦੀ ਮੰਡੀ 'ਚ ਕਿੱਥੋਂ ਲੈ ਜਾਣਗੇ ਇਹ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਬਹੁਤ ਸਾਰੇ ਆਬਾਦੀ ਜਿਹੜੀ ਹੈ ਉਹ ਬਹੁਤ ਛੋਟੇ ਕਿਸਾਨ ਦੀ ਹੈ ਲੇਕਿਨ ਛੋਟੇ ਕਿਸਾਨ ਬਹੁਤ ਹੱਦ ਤੱਕ ਘਟ ਰਹੇ ਹਨ 2 ਏਕੜ ਤੋਂ ਘੱਟ ਵਾਲੇ ਕਿਸਾਨ ਪੰਜਾਬ ਵਿੱਚ ਸਾਰੇ ਦੇਸ਼ ਨਾਲੋਂ ਘਟਤ ਸਾਰੇ ਦੇਸ਼ ਨਾਲੋਂ ਕਿਉਂਕਿ ਉਹਨਾਂ ਜਿਹਦੇ ਕੋਲ 4-5 ਏਕੜ ਜ਼ਮੀਨ ਸੀ ਉਹਨਾਂ ਬਹੁਤ ਸਾਰਿਆਂ ਨੇ ਵੇਚ ਕੇ ਆਪਣੇ ਬੱਚੇ ਪੜਾਣ ਤੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਜਾਂ ਜਿਹੜੇ ਦੇਸ਼ ਦੇ ਹੋਰ ਸੰਤੀ ਇਲਾਕੇ ਜਿਸ ਨਾਲ ਨੇੜੇ ਤੋਂ ਨੇੜੇ ਗੁੜगांव ਆ ਜਿੱਥੇ ਉੱਥੇ ਕਿਤੇ ਇੱਥੇ ਬਹੁਤ ਵੱਡੀ ਗਿਡਤੀ ਵਿੱਚ ਪੰਜਾਬ ਤੋਂ ਬਾਹਰ ਗਏ ਇਸ ਕਰਕੇ ਇਹ ਸਿਚੁਏਸ਼ਨ ਇਤਨੀ ਕੰਪਲੈਕਸ ਹੈ ਕਿ ਇਹਨੂੰ ਮੋٹے ਮੋਟੇ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਦੀ ਗਹਿਰਾਈ ਵਿੱਚ ਜਾਣਾ ਪੈਗਾ ਇਸ ਦੀਆਂ ਪਰਸੈਂਟੇਜਸ ਦੇਖਣੀਆਂ ਪੈਣਗੀਆਂ ਇਸ ਦੀਆਂ ਸਟੱਡੀਆਂ ਕਰਨੀਆਂ ਪੈਣਗੀਆਂ ਹੁਣ ਉਹ ਇਕਨੋਮਿਸ ਵੀ ਅਖਬਾਰ ਨਵੀਸ ਬਣ ਗਏ ਉਹ ਜੋ ਪਹਿਲੇ ਅਖਬਾਰ ਵਿੱਚ ਜੋ ਖਬਰ ਛਪੀ ਹੁੰਦੀ ਹੈ ਉਸ ਨੂੰ ਆਪਣੇ ਲੇਖ ਵਿੱਚ ਲਿਖ ਦਿੰਦੇ ਉਹਨਾਂ ਨੇ ਤਾਂ ਸਿੱਧੇ ਨਹੀਂ ਹੁੰਦੀ ਅਖਬਾਰ ਨਵੀਸ ਤੋਂ ਉਹਨਾਂ ਨੇ ਉਸ ਦੀ ਖੋਜ ਕੀਤੀ ਹੈ ਮੈਂ ਬੜਾ ਉਦਾਸ ਹਾਂ ਆਪਣੇ ਸਾਥੀਆਂ ਤੋਂ ਜਿਹੜੇ ਇਕਨੋਮਿਕ ਦੇ ਰਿਸਰਚਰ ਹਨ ਬੜਾ ਉਦਾਸ ਹਾਂ ਉਹਨਾਂ ਤੋਂ ਕਿ ਉਹ ਇਸ ਗਹਿਰਾਈ ਵਿੱਚ ਔਰ ਜਿਹੜੀ ਇਕਨੋਮਿਕਸ ਦੀ ਦੂਸਰੇ ਸਬਜੈਕਟਸ ਨਾਲ ਵਿਸ਼ੇ ਦੀ ਕਲਚਰ ਤੋਂ ਇਲਾਵਾ ਇਹ ਕਹਿ ਦੇਣਾ ਕਿ ਜੀ ਪੰਜਾਬ ਵਿੱਚ ਫਸਲ ਇਸ ਕਰਕੇ ਇਤ ਸਜ਼ਾਇਦਾ ਕਾਮਯਾਬ ਹੋਈਏ ਕਿ ਇੱਥੇ ਬਹੁਤ ਪੁਰਾਣਾ ਤਜਰਬਾ ਹੋਵੇ ਤੇ ਪੰਜਾਬੀ ਹੁੰਦੇ ਹੀ ਕਿਸਾਨ ਹੈ ਇਹ ਗੱਲਾਂ ਬਹੁਤ ਪੁਰਾਣੀਆਂ ਗੱਲਾਂ ਜਿਹੜੀਆਂ ਕਿ ਬੇਮੈਨੀ ਹੋ ਚੁੱਕੀਆਂ ਹਨ ਔਰ ਉਸ ਨੂੰ ਦੁਹराई ਜਾ ਰਹੇ ਹਨ ਤੇ ਲੋਕਾਂ ਦਾ ਗਿਆਨ ਸਧਾਰਨ ਆਦਮੀ ਦਾ ਨਹੀਂ ਵਧ ਰਿਹਾ ਯਾਨੀ ਸਾਡਾ ਜਿਹੜਾ ਸੋਸ਼ਲ ਡਿਸਕੋਰਸ ਹੈ ਉਹ ਬਹੁਤ ਪੂਰ ਲੈਵਲ ਦਾ ਹੈ ਬਹੁਤ ਹੀ ਪੂਰ ਲੈਵਲ ਦਾ ਸੋਸ਼ਲ ਡਿਸਕੋਰਸ ਹੈ ਪੜ੍ਹੇ ਲਿਖੇ ਲੋਕ ਵੀ ਜਿਸ ਵੇਲੇ ਇੱਕ ਦੂਸਰੇ ਨੂੰ ਮਿਲਦੇ ਆ ਤੇ ਗੱਲਬਾਤ ਉਹ ਇਸ ਪੱਧਰ ਦੀ ਕਰਦੇ ਆ ਜਿਸ ਤਰ੍ਹਾਂ 50 ਸਾਲ ਪਹਿਲਾਂ ਕਰਦੇ ਹੁੰਦੇ ਸੀ ਯਾਨੀ ਇਨਾ 50 ਸਾਲਾਂ ਵਿੱਚ ਲਿਟਰੇਸੀ ਕਿੱਥੇ ਚਲੀ ਗਈ ਹੈ ਉਹ میٹرਕ ਲੋਕ ਪਾਸ ਕਿੰਨੇ ਵਧ ਗਏ ਐਮਏ ਪੀਐਚਡੀ ਦੇ ਕਿੰਨੇ ਲੋਕ ਕਰ ਗਏ ਲੇਕਿਨ ਉਹਨਾਂ ਦੇ ਵਿੱਚ ਵੀ ਕੁਆਲੀਟੇਟਿਵ ਚੇਂਜ ਕੋਈ ਨਹੀਂ ਉਹ ਵੀ ਗੱਲ ਕਰਨਗੇ ਤੇ ਮੋਟੀ ਮੋਟੀ ਗੱਲ ਕਰਨਗੇ ਜੋ ਅਖਬਾਰ ਪੜਿਆ ਬਾਅਦ ਵਿੱਚ ਜਿੱਥੇ ਜਿੱਥੇ ਕੰਮ ਕਰਦੇ ਉੱਥੇ ਜਾ ਕੇ ਡਿਸਕਸ ਕਰਨੀ ਗੱਲ ਕਰ ਉਲਟਾ ਫਾਰਮੂਲਾ ਪੰਜਾਬ ਵਿੱਚ ਸਾਡੇ ਦੇਸ਼ ਵਿੱਚ ਚੱਲ ਰਿਹਾ ਵੇ ਯਾਨੀ ਸੋਸ਼ਲ ਡਿਸਕੋਰਸ ਵਿੱਚ ਜਦ ਤੱਕ ਇਹ ਗੱਲ ਨਹੀਂ ਆਂਦੀ ਤਾਂ ਡੈਮੋਕ੍ਰੇਸੀ ਕੋਈ ਇਹਦਾ ਹੱਲ ਨਹੀਂ ਕੱਢ ਸਕਦੀ ਡੈਮੋਕ੍ਰੇਸੀ ਸਿਰਫ ਤਾਂ ਇਸਦਾ ਹੱਲ ਕੱਢ ਸਕਦੀ ਹੈ ਇਸ ਸਮੱਸਿਆ ਦਾ ਕਿ ਡੈਮੋਕ੍ਰੇਸੀ ਦੇ ਵਿੱਚ ਆਮ ਲੋਕਾਂ ਤੱਕ ਗੱਲ ਜਿਹੜੀ ਉਹ ਬਦਲੇ ਉਹ ਸੱਚੀ ਮੂਜੀ ਬਦਲੇ ਔਰ ਉਸਦਾ ਪ੍ਰਪਾਗੈਂਡਾ ਅਖਬਾਰ ਵਾਲੇ ਨੇ ਰੱਜ ਕੇ ਕਰਨਾ ਸ਼ੁਰੂ ਕਰ ਦਿੱਤਾ ਝੂਠ ਬੋਲ ਕੇ ਕਿ ਇੱਕ ਕੋਰੋਨਾ ਤੇ ਬਾਅਦ ਹਰ ਹਾਲਤ ਵਿੱਚ ਲੋਕਾਂ ਦਾ ਸਿਆਸੀ ਨਜ਼ਰੀਆ ਬਦਲ ਜਾਏਗਾ ਇਹ ਬਦਲ ਜਾਏਗਾ ਉਹ ਬਦਲ ਜਾਏਗਾ ਜਦ ਤੱਕ ਵੈਲ ਪਲਾਨਡ ਚੰਗੀ ਤਰ੍ਹਾਂ ਸੋਚ ਸਮਝ ਕੇ ਨਹੀਂ ਹੁੰਦਾ ਤੇ ਲਹਿਰਾਂ ਜਦ ਤੱਕ ਨਹੀਂ ਉੱਭਰਦੀਆਂ ਦੋਨੋਂ ਚੀਜ਼ਾਂ ਲਹਿਰਾਂ ਵਾਲਿਆਂ ਨੇ ਤੇ ਗੱਲਾਂ ਸ਼ੁਰੂ ਕਰ ਦਿੱਤੀਆਂ ਲੇਕਿਨ ਵਿਦਵਾਨ ਪਛੜ ਗਏ ਬਹੁਤ ਘੱਟ ਵਿਦਵਾਨ ਹੈ ਔਰ ਉਹਨਾਂ ਨੂੰ ਤਾਂ ਬਿਲਕੁਲ ਬਰਦਾਸ਼ਤ ਹੀ ਨਹੀਂ ਕਰਦੇ ਵਿਦਵਾਨਾਂ ਨੂੰ ਚੰਦ ਵਿਦਵਾਨ ਹੈ ਜਿਹੜੇ ਕਿ ਸੱਚੀ ਗਹਿਰਾਈ ਵਿੱਚ ਜਾ ਰਹੇ ਹਨ ਉਹ ਵਰਵਰਾਰਾ ਦਾ ਹਾਲ ਦੇਖੋ ਕੀ ਹੋ ਰਿਹਾ ਔਰ ਕਿਸਾਨਾਂ ਮਜ਼ਦੂਰਾਂ ਨੂੰ ਉਸ ਦੀ ਹਮਦਰਦੀ ਦੇ ਵਿੱਚ ਮਤੇ ਪਾਸ ਹੋ ਰਹੇ ਤੇ ਉਸ ਦੇ ਹੱਕ ਵਿਨਾਰੇ ਲੱਗ ਰਹੇ ਉਸ ਤੋਂ ਪਹਿਲਾਂ ਕਿੰਨੇ ਬੰਦੇ ਮਾਰੇ ਗਏ ਉਹਨਾਂ ਦੀ ਕਿਸੇ ਦੀ ਤਫਤੀਸ਼ ਹੀ ਨਹੀਂ ਹੋਈ ਤੇ ਪਿਛਲੇ ਪਿਛਲੀ ਟਰਮ ਦੇ ਵਿੱਚ ਹੋਇਆ ਵੇ ਸੋ ਜਿਹੜੇ ਸੱਚੀ ਮੂਚੀ ਦੇ ਵਧੀਆ ਵਿਦਵਾਨ ਹਨ ਉਹਨਾਂ ਦੀ ਗਿਣਤੀ ਇੰਨੀ ਥੋੜੀ ਹੈ ਕਿ ਉਹਨਾਂ ਨੂੰ ਤਾਂ ਇੱਕ ਇੱਕ ਨੂੰ ਚੁਣ-ਚੁਣ ਕੇ ਮਾਰ ਰਹੇ ਮੈਂ ਤਾਂ ਸਭ ਇੱਥੇ ਲਾਵਾਂਗੇ ਅਸੀਂ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੋ ਬਾਦ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਮੈਂ ਪ੍ਰੋਫੈਸਰ ਮਹਿਤਾ ਸਾਹਿਬ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਇਹ ਜਿਹੜਾ ਮੋਦੀ ਸਰਕਾਰ ਨੇ ਗੱਲ ਕਹੀ ਸੀ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਕੀ ਇਹ ਆਰਡੀਨੈਂਸ ਲਾਉਣ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਕਿ ਜਾਂ ਕਿਸਾਨ ਰੋਲ ਜਾਣਗੇ ਇਹਦੇ ਬਾਰੇ ਮਹਿਤਾ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋ ਨਾ ਤਾਂ ਕਿਸਾਨ ਰੋਲਣਗੇ ਤੇ ਨਾ ਹੀ ਕਿ ਕਿਸਾਨਾਂ ਦੀ ਐਵਰੇਜ ਇਨਕਮ ਜਿਹੜੀ ਹੈ ਡਬਲ ਹੋ ਸਕਦੀ ਹੈ ਅੱਛਾ ਕੁਝ ਕਿਸਾਨ ਐਸੇ ਜ਼ਰੂਰ ਹੋਣਗੇ ਖਾਸ ਕਰਕੇ ਪੰਜਾਬ ਵਿੱਚ ਤਾਂ ਇਸ ਚੀਜ਼ ਦੀ ਪੂਰੀ ਸੰਭਾਵਨਾ ਹੈ ਕਿ ਇੱਥੇ ਜਿਹੜੇ ਉਪਰਲੇ 14% ਜਿਹੜੇ ਕਿਸਾਨ ਹੈ ਹਾਂਜੀ ਇਹ ਸੱਚੀ ਮੱਚੇ ਸਭ ਤੋਂ ਪਹਿਲੇ ਕੰਟਰੈਕਚੁਅਲ ਫਾਰਮਿੰਗ ਜਿਹੜੀ ਹੈ ਉਸ ਵਿੱਚ ਸਭ ਤੋਂ ਅੱਗੇ ਆਣਗੇ ਮਲਟੀ ਨੈਸ਼ਨਲਸ ਇਹਨਾਂ ਨੂੰ ਖਰੀਦਣ ਗਿਆ ਜਿਸ ਵੇਲੇ ਇਹ ਕੰਪਨੀਆਂ ਬਣਾਣਗੇ ਇਹਨਾਂ ਕੰਪਨੀਆਂ ਦੇ ਸ਼ੇਅਰ ਖਰੀਦਣ ਗਿਆ ਉਹਨਾਂ ਨੇ ਸਿੱਧੀ ਜ਼ਿੰਮੇਵਾਰੀ ਨਹੀਂ ਲੈਣੀ ਅੱਛਾ ਸਿੱਧੀ ਜ਼ਿੰਮੇਵਾਰੀ ਇਹ ਆਪ ਲੈਣ ਕੇ ਆਪ ਘਾਟਾ ਖਾਣਗੇ ਜਿਹੜੇ ਜਿਹੜੇ ਮੁਨਾਫੇ ਵਾਲੀਆਂ ਕੰਪਨੀਆਂ ਹੋਣਗੀਆਂ ਉਸ ਦੇ ਵਿੱਚ ਉਹ ਸ਼ੇਅਰ ਕੀਤੇ ਨੇ ਸੋ ਮਲਟੀ ਨੈਸ਼ਨਲ ਦਾ ਵੀ ਪੁਰਾਣਾ ਜਿਹੜਾ ਫਾਰਮੂਲਾ ਸੀ ਅੰਗਰੇਜ਼ ਆ ਗਏ ਉਹਨਾਂ ਨੇ ਸਾਨੂੰ ਲੁੱਟ ਲਿਆ ਉਹ ਲੁੱਟ ਕੇ ਲੈ ਗਏ ਉਹ ਗੱਲਬਾਤ ਨਹੀਂ ਚੱਲਣੀ ਕਿ ਕਿ ਅਸੀਂ ਇੰਪੀਰੀਅਲਿਜ਼ਮ ਅਨਕਾਰ ਲੇਗਾ ਅਨਕਾਰ ਲੇਗਾ ਉਹ ਅਨਕਰਦੇ ਹੀ ਨਹੀਂ ਅੱਜ ਇਹ ਜਾਣਨਾ ਕਿ ਇਹ ਫੈਕਟਰੀ ਦਾ ਮਾਲਕ ਕੌਣ ਹੈ ਇਹ ਪਤਾ ਹੀ ਨਹੀਂ ਕਿਸੇ ਨੂੰ ਉਹਦੇ ਪ੍ਰੋਮੋਟਰ ਦਾ ਤਾਂ ਪਤਾ ਹੋ ਸਕਦਾ ਉਸ ਦੇ ਡਾਇਰੈਕਟਰਸ ਕੌਣ ਨੇ ਇਸ ਦਾ ਕਿਸੇ ਰੇਰ ਨੂੰ ਪਤਾ ਹੋਏਗਾ ਜੇ ਡਾਇਰੈਕਟਰਸ ਨੂੰ ਇੰਨਾ ਪਤਾ ਹੋਵੇ ਤਾਂ ਇਸ ਦੇ ਸ਼ੇਅਰ 홀ਡਰ ਕੌਣ ਕਿਹੜਾ ਬੰਦਾ ਹੋਵੇ ਜਿਹੜਾ 35 ਕੰਪਨੀਆਂ ਵਿੱਚ ਇੱਕ ਦੂਜੇ ਨਾਲ ਕੰਪੀਟਿਟਿਵ ਕਰ ਰਹੀ ਹੈ ਤੇ ਹੈ ਯਾਨੀ ਇਸ سرمਾਇਅਦਾਰੀ ਸੰਸਾਰ ਭਰ ਦੀ ਜਿਹੜੀ ਹੈ ਔਰ ਇਸੇ ਕਰਕੇ ਇਹ ਮਹਾਮਾਰੀ ਵੀ ਇਸ ਸੰਸਾਰ ਭਰ ਤਾਂ ਹੀ ਫੈਲੀ ਹੈ ਕਿਉਂਕਿ ਆਰਥਿਕਤਾ ਸਾਰੇ ਦੁਨੀਆ ਵਿੱਚ ਫੈਲੀ ਹੈ ਬੰਦੇ ਲੋਕ ਜਾਣੇ ਸ਼ੁਰੂ ਹੋਏ ਆ ਪੈਸਾ ਜਾਣਾ ਸ਼ੁਰੂ ਹੋਇਆ ਚੀਜ਼ਾਂ ਜਾਣੇ ਸ਼ੁਰੂ ਹੋਏ ਵਿਚਾਰ ਜਾਣੇ ਸ਼ੁਰੂ ਹੋਏ ਜਿਸ ਲਈ ਉਹਦੋਂ ਨਹੀਂ ਤੇ ਮਹਾਮਾਰੀਆਂ ਤੇ ਪਹਿਲੇ ਵੀ ਆਂਦੀਆਂ ਸਨ ਆਪਣੇ ਇਲਾਕੇਆਂ ਤੇ ਨਹੀਂ ਹਸਨ ਕਿਉਂਕਿ ਲੋਕੂ دوسری ਜਗ੍ਹਾ ਜਾਂਦੇ ਨਹੀਂ ਸਰ ਹਾਂ ਨਹੀਂ ਇਸ ਕਰਕੇ ਇਹ ਨਾ ਤਾਂ ਦੁਗਣੀ ਆਮਦਨੀ ਦੀ ਸੰਭਾਵਨਾ ਵੇ ਨਾ ਸੰਸਾਰ ਚ ਕਦੀ ਕਿਤੇ ਇਥੇ ਹੋਇਆ ਵੇ ਤੇ ਨਾ ਹੀ ਇਸ ਦੀ ਆਉਣ ਦੀ ਕੋਈ ਸੰਭਾਵਨਾ ਤੇ ਰੁਲ ਜਾਣ ਦੀ ਸੰਭਾਵਨਾ ਸਿਰਫ ਇਸ ਕਰਕੇ ਨਹੀਂ ਕਿ ਖੇਤਾਂ ਪੁਰਾਣੀ ਧਾਰਨਾ ਜਿਹੜੀ ਸੀ ਕਿ ਮਜ਼ਦੂਰ ਇਨਕਲਾਬ ਨੂੰ ਲੀਡ ਕਰੇਗਾ ਉਹ 200 ਸਾਲ ਤੋਂ 2 ਸਾਲ ਜ਼ਿਆਦਾ ਹੋ ਗਏ Karl Marx ਨੂੰ ਇਸ ਸੰਸਾਰ 'ਚ ਆਇਆ ਤੇ 1883 ਜੋ ਚਲੇ ਵੀ ਗਏ ਤੇ ਉਸ ਤੋਂ ਬਾਅਦ ਬਹੁਤ ਕੁਝ ਸਾਇਦ ਛਪਿਆ ਬਹੁਤ ਕੁਝ ਲਿਖਿਆ ਗਿਆ ਬਹੁਤ ਕੁਝ ਹੋਇਆ ਪਰ ਮਜ਼ਦੂਰ ਨੇ ਕਿਧਰੇ ਲੀਡ ਨਹੀਂ ਕੀਤਾ ਇਨਕਲਾਬ ਨਹੀਂ ਹੋਇਆ ਔਰ ਰੂਸ ਵਿੱਚ ਇਨਕਲਾਬ ਹੋਇਆ ਉਸ ਦੇ ਬਿਲਕੁਲ ਹੋਰ ਹਾਲਾਤ ਸਨ ਲੇਕਿਨ ਕਿਸਾਨੀ ਜਿਹੜੀ ਹੈ ਇਹ ਜਿਹੜਾ ਲਫ਼ਜ਼ ਸੀ ਨਾ ਕਿ ਕਿ ਵਰਕਰ ਹੈ ਨਥਿੰਗ ਐਕਸੈਪਟ ਹਿਸ ਚੇਨਸ ਟੂ ਲੂਜ਼ ਇਹ ਹੁਣ ਕਿਸਾਨੀ ਦੇ ਉੱਪਰ ਟੁਕਦਾ ਹੈ ਕਿਸਾਨੀ ਦੇ ਉੱਪਰ ਟੁਕਦਾ ਵੇ ਤੇ ਇਸ ਗੱਲ ਦੀ ਸਮਝ ਮਾਉ ਨੂੰ ਵੀ ਆ ਗਈ ਸੀ ਤੇ ਇਸ ਨੇ ਮਾਉ ਨੇ ਇਸ ਗੱਲ ਨੂੰ ਖੂਬ ਵਰਤਿਆ ਵੇ ਤੇ ਇਹ ਗੱਲ ਲੈਣੇ ਨੂੰ ਵੀ ਸਮਝ ਆ ਗਈ ਸੀ ਉਸ ਨੇ ਕਿਸਾਨ ਮਜ਼ਦੂਰ ਕਿਸਾਨ ਇਕਤਾ ਬਣਾਈ ਸੀ ਤਾਂ ਜਾ ਕੇ ਕਿਦਰੇ ਇਨਕਲਾਬ ਹੋਇਆ ਅੱਛਾ ਪੈਸਾ ਵੀ ਇੱਕ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਮਤਲਬ ਵੀ ਇਹਨਾਂ ਨਾਲ ਵੈਸੇ ਤਾਂ ਦੇਸ਼ ਭਰ ਦੇ ਵਿੱਚ ਹੀ ਹੈ ਵੀ ਇਹ ਤਿੰਨੇ ਆਰਡੀਨੈਂਸ ਤੇ ਚੌਥਾ ਬਿਜਲੀ ਐਕਟ ਇਹਦੇ ਨਾਲ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਬਹੁਤ ਵੱਡੀ ਛੱਟ ਵੱਜੀ ਹੈ ਤੇ ਇਹਦੇ ਨਾਲ ਸੂਬਿਆਂ ਦਾ ਜਿਹੜੇ ਹਾਲਤ ਹੈ ਉਹ ਮਿਨਿਸਪੈਲਟੀ ਅਮਰਗੀ ਹੋ ਜਾਏਗੀ ਉਹਨਾਂ ਦੇ ਜਿਹੜੇ ਅਧਿਕਾਰ ਆ ਹੋਰ ਖੋਜ ਜਾਣਗੇ ਇਹਦੇ ਬਾਰੇ ਤਾਂ ਡੱਕਾ ਦੇ ਬਾਰੇ ਮੇਰੀ رائے ਆਵੇ ਸੇ ਇਹ ਹੈ ਕਿ ਸੂਬਿਆਂ ਦੇ ਅਧਿਕਾਰ ਦਾ ਵਿਚਾਰ ਸਭ ਤੋਂ ਔਖਾ ਵੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਪਹੁੰਚਾਣਾ ਅੱਛਾ ਉਹ ਵਿਚਾਰ ਇਸ ਕਰਕੇ ਪਹੁੰਚਾਣਾ ਉਸੇ ਇਸ ਅਸੀਂ ਜਦੋਂ ਇੱਕ ਦੇਸ਼ ਇੱਕ ਰਾਸ਼ਟਰ ਇੱਕ ਗੱਲ ਕਰਦੇ ਆਂ ਤੇ ਬਹੁਤ ਸਾਰੇ ਲੋਕਾਂ ਨੂੰ ਭਾਵੁਕ ਤੌਰ ਤੇ ਅਪੀਲ ਕਰਦੀ ਹੈ ਕੁਝ ਇਲਾਕੇ ਐਸੇ ਜ਼ਰੂਰ ਜਿੱਥੇ ਉਹ ਆਪਣੇ ਸੂਬੇ ਨੂੰ ਜ਼ਿਆਦਾ ਪਿਆਰ ਕਰਦੇ ਨੇ ਦੇਸ਼ ਨਾਲ ਪੰਜਾਬ ਉਹਨਾਂ ਵਿੱਚ ਹੋਇਆ ਇਹਦੇ ਸਿਰਫ ਸਿੱਖਣ ਦਾ ਸਵਾਲ ਨਹੀਂ ਹੈ ਇਹਦੇ ਪੰਜਾਬੀ ਜਿਹੜੇ ਹੈ ਕਿਉਂਕਿ ਪੰਜਾਬੀ ਜ਼ੁਬਾਨ ਨੂੰ ਹਿੰਦੀ ਜ਼ੁਬਾਨ ਤੋਂ ਖਤਰਾ ਹੈ ਛੋਟੇ ਬੱਚਿਆਂ ਨਾਲ ਲੋਕੀ ਪੰਜਾਬੀ ਵਾਲੇ ਨੂੰ ਹਿੰਦੀ ਬੋਲਣਾ ਸ਼ੁਰੂ ਕਰ ਦਿੱਤਾ ਇਸ ਸਮੱਸਿਆ ਤਾਮਿਲਨਾਡ ਤੋਂ ਸ਼ੁਰੂ ਕੀਤੀ ਹੁਣ ਕੇਰਲਾ ਵਿੱਚ ਵੀ ਇਹ ਲਹਿਰ ਚੱਲ ਰਹੀ ਹੈ ਕਿ ਅਸੀਂ ਇਹ ਬਲਿਆਲੀ ਵਿੱਚ ਇਸ ਔਰ ਬਹੁਤ ਅੱਛੀਆਂ ਮਲਿਆਲੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਹਿੰਦੀ ਵਾਲੀਆਂ ਨਾਲੋਂ ਜ਼ਿਆਦਾ ਅੱਛੀਆਂ ਪੰਜਾਬੀ ਵਿੱਚ ਵੀ ਰੋਟੀ ਖਾਣ ਜੋਗੀਆਂ ਫਿਲਮਾਂ ਬਣਨ ਲੱਗ ਪਈਆਂ ਇਸ ਕਰਕੇ ਜੋ ਤਰੱਕੀ ਵੀ ਹੋ ਰਹੀ ਹੈ ਇਸ ਇਹ ਜਿਹੜਾ ਮਸਲਾ ਹੈ ਸੂਬਿਆਂ ਦੇ ਅਧਿਕਾਰਾਂ ਦਾ ਜਿਹੜੇ ਇਸ ਦੇ ਪੁਰਾਣੇ ਮੁੱਦੇ ਹੀ ਸਨ ਉਹ ਇਹਨੂੰ ਪਿੱਠ ਵੀ ਦੇ ਰਹੇ ਬਹੁਤ ਸਾਰੇ ਜਿਸ ਦਾ ਪ੍ਰੂਫ ਜਿਹੜੇ ਬਾਦਲ ਪਰਿਵਾਰ ਤੋਂ ਲੱਗਦਾ ਹੋਵੇ ਜਿਨ੍ਹਾਂ ਦਾ ਕਾਫੀ ਅਸਰ ਸੁਖ ਰਿਹਾ ਹੋਵੇ ਇਸੇ ਦਾ ਇਹਦੇ ਤੇ ਮੈਂ ਪੁੱਛਣਾ ਜਾਵਾਂਗਾ ਵੀ ਬਾਦਲ ਸਰਕਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਕਦੇ ਸੂਬਿਆਂ ਦੇ ਵਾਧ ਅਧਿਕਾਰਾਂ ਲਈ ਕਦੇ ਆਨੰਦਪੁਰ ਸਾਹਿਬ ਦੇ ਮਤਾ ਲਿਆ ਕੇ ਵਾਧ ਅਧਿਕਾਰਾਂ ਲਈ ਲੜ ਦਿੰਦਾ ਸੀਗਾ ਤੇ ਐਮਰਜੈਂਸੀ ਦੇ ਦੌਰਾਨ ਵੀ ਜੇ ਗ੍ਰਿਫਤਾਰੀਆਂ ਦੇਣ ਦਾ ਮਾਮਲਾ ਆ ਇਹ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ ਹੁਣ ਇਹ ਪਿੱਠ ਦੇਣ ਵਾਲੇ ਪਾਸੇ ਨੂੰ ਕਿਉਂ ਇਹ 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 ਇੱਕ ਬੜੀ ਇਤਿਹਾਸਕ ਗੱਲ ਤੁਸੀਂ ਪੁੱਛ ਰਹੇ ਹੋ ਬਹੁਤ ਵਧੀਆ ਸਵਾਲ ਹੈ ਕਿ ਪੰਜਾਬ ਵਿੱਚ ਜਿਸ ਵਕਤ ਬਾਦਲ ਸਾਹਿਬ ਅਕਾਲੀ ਦਲ ਦੇ ਲੀਡਰ ਸਨ ਉਸ ਵਕਤ ਅਕਾਲੀ ਦਲ ਸਿਰਫ ਸਿੱਖਾਂ ਦੀ ਪਾਰਟੀ ਸੀ ਔਰ ਇਹ ਧਾਰਮਿਕ ਜਜ਼ਬੇ ਨਾਲ چلਦੀ ਸੀ ਉਸ ਤੋਂ ਬਾਅਦ ਇਹ ਸਿਰਫ ਮੋਗਾ ਕਨਵੈਨਸ਼ਨ ਤੋਂ ਬਾਅਦ ਇਹ ਸਿਰਫ ਸਿੱਖਾਂ ਦੀ ਨਹੀਂ ਰਹੀ ਪੰਜਾਬੀਆਂ ਦੀ ਪਾਰਟੀ ਬਣ ਪੰਜਾਬੀਆਂ ਦੀ ਪਾਰਟੀ ਬਣ ਗਈ ਔਰ ਪੰਜਾਬੀਆਂ ਨੂੰ ਇੱਕ ਬੜੇ-ਬੜੇ ਕਾਲੇ ਦਿਨਾਂ ਤੋਂ ਬਾਅਦ ਬਾਦਲ ਸਾਹਿਬ ਨੇ ਜਿੰਨੀ ਦੇਰ ਰਾਜ ਕੀਤਾ ਪੰਜਾਬ ਵਿੱਚ ਅਮਨ-ਏ-ਮਾਨ ਰਿਹਾ ਇਸ ਚੀਜ਼ ਦਾ ਉਹਨਾਂ ਨੂੰ ਐਡਵਾਂਟੇਜ ਸੀ ਹੁਣ ਇਹ ਇੱਕ ਉਹਨਾਂ ਨਾਲ ਜਾਰੀ ਉਲਟੀ ਨਿਬਾ ਨਹੀਂ ਰਹੇ ਇਹ ਉਹ ਸਾਰੀਆਂ ਗੱਲਾਂ ਉਹ ਕਰ ਰਹੇ ہیں ਜਿਸ ਦੇ ਵਿੱਚ ਬਾਦਲ ਨੂੰ ਮਜਬੂਰ ਹੋਣਾ ਪਏਗਾ ਨਹੀਂ ਹੋਏਗਾ ਤਾਂ ਉਹ ਸਿਆਸਤ ਤੋਂ ਆਊਟ ਹੋ ਜਾਣਗੇ ਇਹ ਕਿਉਂ ਕਿਉਂ ਮਜਬੂਰੀ ਇਹਨਾਂ ਦੇ ਬਣ ਗਈ ਹੈ ਕਿ ਕੇਂਦਰ 'ਚ ਵਜ਼ੀਰ ਰਹਿਣ ਦਾ ਮਾਮਲਾ ਜਾਂ ਕੋਈ ਹੋਰ ਕਾਰਨ ਹੈ ਨੇ ਸਭ ਸਭ ਤੋਂ ਵੱਡਾ ਤੇ ਕਾਰਨ ਇਹ ਹੈ ਕਿ ਜਿੱਤ ਸਕਣਾ ਹੀ ਬਹੁਤ ਮੁਸ਼ਕਲ ਹੈ ਜਿੱਤ ਸਕਣਾ ਹੀ ਬਹੁਤ ਮੁਸ਼ਕਲ ਹੈ ਜਦ ਤੱਕ ਸਾਂਝ ਨਾ ਬਣੇ ਕਾਲੀ ਦਾਲ ਕਲਿਆ ਨਹੀਂ ਜਿੱਤ ਸਕਦਾ ਕਿਉਂਕਿ ਇਹਦੀ ਪਰਫਾਰਮੈਂਸ ਜਿਹੜੀ ਹੈ ਉਹ ਬਿਲਕੁਲ ਕੇਂਦਰ ਦੀ ਪਾਲਿਸੀ ਨਾਲ ਬਾਦਲ ਵੇਲੇ ਵੀ ਹੋਈ ਹੈ ਮਿਸਾਲ ਦੇ ਤੌਰ ਤੇ ਮੁਹਾਲੀ ਵਿੱਚ ਕੰਡੀਸ਼ਨ ਬਸ ਸਟੈਂਡ ਬਣਾਉਣਾ ਸੀ ਹਾਂਜੀ ਹਾਂਜੀ ਅਸੀਂ ਦਰਿਆ ਦਰਿਆ ਵਿੱਚ ਜਾਂ ਛੱਪੜ ਵਿੱਚ ਬੱਸਾਂ ਚਲਾਣੀਆਂ ਹੈ ਇਹ ਬੇਹੂਦਾ ਕਿਸਮ ਦੇ ਫਾਰਮੂਲੇ ਜਿਹੜੇ ਸੈਂਟਰਲ ਗਵਰਨਮੈਂਟ ਤੋਂ ਬੰਬਈ ਵਰਗੇ ਸ਼ਹਿਰ ਬੈਂਗਲੌਰ ਵਰਗੇ ਸ਼ਹਿਰ ਜਾਂ ਦਿੱਲੀ ਵਰਗੇ ਸ਼ਹਿਰ ਦੇ ਨੇੜੇ ਤੇੜੇ ਕੋਈ ਜਗ੍ਹਾ ਮਿਲ ਜਾਏ ਉੱਥੇ ਇਸ ਕਿਸਮ ਦੇ ਮੌਜਾਂ ਮੋਜ ਮੁਜੱਕੇ ਵਾਲੇ ਕੋਈ 5% ਦੀ ਲੋਕ ਹਿੰਦੁਸਤਾਨ ਚ ਅਫੋਰਡ ਕਰ ਸਕਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਇਹ ਚੱਲਦੇ ਰਹੇ ਉੱਤੇ ਬਸਾਂ ਦੇ ਟ੍ਰਾਂਸਪੋਰਟ ਜਿਹੜੀ ਉਹ ਕਬਜ਼ੇ ਚ ਲਈ بڑے بڑے ਬੈਨੀਫਿਟਸ ਲਏ ਇਹਨਾਂ ਨੇ ਇਸ ਕਰਕੇ ਉਹ ਇਹ ਉਮੀਦ ਇਹਨਾਂ ਨੂੰ ਉਮੀਦ ਹੈ ਇਸ ਚੀਜ਼ ਦੀ ਕਿ ਇਹ ਅਗਲਾ ਇਲੈਕਸ਼ਨ ਵੀ ਇਹਨਾਂ ਨੇ ਜਿੱਤ ਲੈਣਾ ਤੇ ਹੋ ਸਕਦਾ ਜਿੱਤ ਵੀ ਲੈਣ ਲੇਕਿਨ ਇਹ ਕੁਝ ਨਹੀਂ ਕਿਹਾ ਇਲੈਕਸ਼ਨ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਲੈਕਸ਼ਨ ਵਾਲੀ ਗੱਲ ਤੇ ਮੈਂ ਆਉਣਾ ਜਦੋਂ ਇਲੈਕਸ਼ਨ ਦੀ ਗੱਲ ਕਰਾਂਗੇ ਇੱਕ ਇਹਨਾਂ ਦੇ ਵਿੱਚੋਂ ਹੀ ਵੱਖਰਾ ਅਕਾਲੀ ਦਲ ਸਰਦਾਰ ਸੁਖਦੇਵ ਸਿੰਘ ਢਿੰਡਸਾ ਦੀ ਅਗਵਾਈ ਦੇ ਵਿੱਚ ਬਣਨਾ ਸ਼ੁਰੂ ਬਣ ਚੁੱਕਾ ਹੈ ਤੇ ਉਹਦੇ ਵਿੱਚ ਇਹਨਾਂ ਦੇ ਜਿਹੜੇ ਅਕਾਲੀ ਦਲ ਤੋਂ ਹੋਰ ਲੀਡਰ ਸ਼ਾਮਲ ਹੋ ਰਹੇ ਉਹਦੇ ਵਿੱਚ ਇਸ ਸਥਿਤੀ ਦੇ ਵਿੱਚ ਇੱਕ ਪਾਸੇ ਰਾਜਾਂ ਦੇ ਵੱਧ ਅਧਿਕਾਰਾਂ ਦੇ ਮੁੱਦੇ ਤੇ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਆ ਉਹ ਠੀਕ ਨਹੀਂ ਹੈਗੀ ਦੂਜਾ ਇੱਕ ਵੱਖਰਾ ਦਲ ਬਣ ਬਣਨਾ ਸ਼ੁਰੂ ਹੋ ਗਿਆ ਉਹਦੇ ਵਿੱਚ ਕੀ ਇਹਨਾਂ ਦੇ ਚਾਂਸ ਰਹਿਣਗੇ ਮੈਨੂੰ ਤਾਂ ਲੱਗਦਾ ਵੀ ਸਿਚੁਏਸ਼ਨ ਇਹਨਾਂ ਦੀ ਖਰਾਬ ਹੈ ਨਹੀਂ ਇਥੇ ਬੜੀ ਦਿਲਚਸਪ ਗੱਲ ਹੈ ਕਿ ਟੇਨਸਾ ਸਾਹਿਬ ਨੇ ਹਾਲੇ ਤੱਕ ਜ ਰਾਜਾ ਦੇ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਨਹੀਂ ਨਹੀਂ ਉਹਨਾਂ ਕਿਹਾ ਇੱਕ ਅਦੀ ਵਾਰੀ ਮਾੜਾ ਜਿਹਾ ਕਹਿਤਾ ਹੋਣਾ ਲੇਕਿਨ ਉਹ ਵੀ ਹਾਲੀ ਦੀ ਭਾਜਪਾ ਨਾਲ ਅਲਾਈਅੰਸ ਦੇ ਵਾਲੇ ਦੀ ਆਪਸ਼ਨ ਉਹਨੇ ਛੱਡੀ ਨਹੀਂ ਉਹ ਦੋਨ ਹੋਣਾ ਹੈ ਸੰਭਾਵਨਾ ਇਸ ਚੀਜ਼ ਦੀ ਜ਼ਿਆਦਾ ਹੋਵੇ ਕਿ ਦੋਨੋਂ ਇੱਕ ਦੂਜੇ ਨੂੰ ਮਕਾਨਗੇ। ਔਰ ਸਭ ਤੋਂ ਜ਼ਿਆਦਾ ਸੰਭਾਵਨਾ ਇਸ ਚੀਜ਼ ਦੀ ਹੈ ਕਿ ਯਾ ਤਾਂ ਕਾਂਗਰਸ ਜਿੱਤ ਜਾਏਗੀ ਦੁਬਾਰਾ ਕਿਉਂਕਿ ਜਿਹੜੇ ਚੀਫ ਮਿਨਿਸਟਰ ਦਾ ਇਮੇਜ ਹੈ ਉਹ ਇੱਕ ਨੈਸ਼ਨਲਿਸਟ ਦਾ ਇਮੇਜ ਵੀ ਹੈ ਬੜਾ ਪਾਰੀ ਤੇ ਉਸ ਦਾ ਇੱਕ ਸਿੱਖ ਵਾਲਾ ਇਮੇਜ ਵੀ ਹੈ ਕਿਉਂਕਿ ਇਸ ਨੇ ਬਲੂ ਸਟਾਰ ਵੇਲੇ ਪਾਰਲੀਮੈਂਟ ਛੱਡੀ ਸੀ ਕੁਝ ਦਿਨ ਬਾਹਰ ਰਿਹਾ ਸੀ ਕਾਂਗਰਸ ਤੋਂ ਯਾ ਕਾਂਗਰਸ ਜਿੱਤਦੀ ਹੈ ਯਾ ਆਮ ਆਦਮੀ ਪਾਰਟੀ ਜੇ ਠੀਕ ਕਿਸਮ ਦਾ ਸਮਝੌਤਾ ਕਰ ਲਵੇ ਕਿਉਂਕਿ ਆਮ ਆਦਮੀ ਪਾਰਟੀ ਨੇ ਲਗਾਤਾਰ ਸਟੈਂਡ ਪੰਜਾਬ ਦੇ ਹੱਕਾਂ ਵਿੱਚ ਜਿਹੜੀ ਪੰਜਾਬ ਦੀ ਪਾਰਟੀ ਹੈ ਕੇਜਰੀਵਾਲ ਨਹੀਂ ਮੈਂ ਮੈਂ ਸਮਝਦਾ ਮੈਂ ਤਾਂ ਸਭ ਅੱਜ ਅਸੀਂ ਚੋਣਾਂ ਬਾਰੇ ਚੋਣਾਂ ਬਾਰੇ ਫੇਰ ਕਿਸੇ ਵੇਲੇ ਕਰਾਂਗੇ ਅਸੀਂ ਚੋਣਾਂ ਵਾਲੇ ਪਾਸੇ ਨਾ ਜਾਈਏ ਫਿਰ ਸਾਡਾ ਜਿਹੜਾ ਵਿਸ਼ਾ ਅਸੀਂ ਉਹਦੇ ਤੋਂ ਹਟ ਜਾਵਾਂਗੇ ਠੀਕ ਹੈ ਇਸ ਕਰਕੇ ਜਿਹੜਾ ਇਹਨਾਂ ਦਾ ਕਾਲੀ ਦਲ ਦਾ ਮਤਲਬ ਇਹ ਸਟੈਂਡ ਲੈਣਾ ਮਤਲਬ ਉਹਦੇ ਤੇ ਜਿਹੜੇ ਤਿੰਨ ਆਰਡੀਨੈਂਸਾਂ ਦੇ ਡਟ ਕੇ ਦਾਹ ਖੜਨਾ ਇਹ ਕਾਲੀ ਦਲ ਲਈ ਨੁਕਸਾਨਦਾਇਕ ਨਹੀਂ ਹੋਏਗਾ ਹਰ ਹਾਲਤ ਵਿੱਚ ਨੁਕਸਾਨਦੇ ਹੋਏਗਾ ਇਸ ਦੇ ਬਾਰੇ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਤੇ ਚਾਹ ਦੇ ਇਸੇ ਕਰਕੇ ਉਹਨਾਂ ਕਹੇ ਵੀ ਜੇ ਕਿਸਾਨਾਂ ਦਾ ਵੱਬਦ ਕੇਂਦਰੀ ਜਿਹੜਾ ਖੇਤੀਬਾੜੀ ਮੰਤਰੀ ਨੂੰ ਮਿਲਣ ਜਾਵੇ ਤਾਂ ਉਹ ਉਹਨਾਂ ਨੂੰ ਲੀਡ ਕਰਨ ਲਈ ਤਿਆਰ ਰਹਾ ਤਾਂ ਕਿ ਉਹ ਸਪਸ਼ਟ ਕਰਨ ਦਵਾ ਸਕਣ ਵੀ ਜਿਹੜਾ ਘਟੋ ਘਟ ਭਾਕ ਖਤਮ ਨਹੀਂ ਕੀਤਾ ਜਾਏ ਬਾਦਲ ਸਾਹਿਬ ਨਾਲ ਪੰਜਾਬ ਵਿੱਚ ਸਿਰਫ ਜਿਹੜੇ ਆਪਣੇ ਪਿੰਡਾਂ ਵਿੱਚ ਜਿਹੜੇ ਆੜਤੀ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਵਿੱਚੋਂ ਸਿੱਖ ਬਹੁਤ ਹੈ ਹਾਂਜੀ ਉਹ ਉਹਨਾਂ ਦੇ ਵਿੱਚ ਸਿੱਖ ਲਗਭਗ 40% ਸਿੱਖ ਹੈ ਉਹ ਇਸ ਵਕਤ ਤੇ ਉਹਨਾਂ ਉਹ ਜ਼ਮੀਨਾਂ ਵੀ ਵੰਦੇ ਆ ਤੇ ਖੇਤੀ ਇਹ ਵੀ ਕਰਦੇ ਆ ਉਹ ਸਪੋਰਟ ਉਹਦੀ ਕਰਨਗੇ ਪਰ ਉਹਨਾਂ ਦੀ ਗਿਣਤੀ ਕਿੰਨੀ ਹੈ ਕਿਸਾਨ ਜਿਹੜਾ ਵੇ ਬੁਨਿਆਦੀ ਤੌਰ ਤੇ ਤੇ ਛੋਟਾ ਕਿਸਾਨ ਹੈ ਪਰ ਲੇਕਿਨ ਇਹਨਾਂ ਨੂੰ ਜ਼ਬਰਦਸਤੀ ਕੋਈ ਕਾਨੂੰਨ ਨਵਾਂ ਲਿਆ ਕੇ ਜਿਸ ਵਕਤ ਲੋੜ ਪੈਗੀ ਇਹਨਾਂ ਦੇ ਕੋਲ ਪਬਲਿਕ ਇੰਟਰਸਟ ਦੇ ਵਿੱਚ ਕਰ ਲੈਣਗੇ ਪਰ ਇਹ ਜਿਹੜਾ ਨਵਾਂ ਕਾਨੂੰਨ ਹੈ ਜਿਹੜੇ ਆਰਡੀਨੈਂਸ ਹੈ ਉਹਦੇ ਨਾਲ ਤਾਂ ਜਿਹੜੇ ਆੜਤੀ ਹੈ ਉਹਨਾਂ ਦਾ 2.5% ਕਮਿਸ਼ਨ ਵੀ ਖਤਮ ਹੁੰਦਾ ਉਹ ਕਿਵੇਂ ਕਰ ਲੈਣਗੇ ਕੀ ਸਪੋਰਟ ਕਰਨਗੇ ਕਿਸ ਨੂੰ ਜਿਹੜਾ ਨਵੇਂ ਆਰਡੀਨੈਂਸ ਹੈ ਉਹਦੇ ਵਿੱਚ ਜਿਹੜਾ ਆੜਤੀ 2.5% ਕਮਿਸ਼ਨ ਲੈਂਦੇ ਸੀਗੇ 15-20 ਸਾਲ ਤੱਕ ਇਹ ਲਾਗੂ ਨਹੀਂ ਹੋ ਸਕਣਾ ਤੇ 15-20 ਸਾਲ ਤੱਕ 10-15 ਸਾਲ 20 ਸਾਲ ਕਮ ਸੇ ਕਮ ਇਹ ਸਾਰਾ ਬਣਿਆ ਹਾ ਢਾਂਚਾ ਖਤਮ ਕਰਨ ਤੇ ਹਰ ਹਾਲਤ ਲੱਗੇਗਾ ਇਤਨੀ ਦੇਰ ਤੱਕ ਇਤਨੀ ਦੂਰ ਤੱਕ ਦੀ ਸਮਝ ਹੈ ਹਿੰਦੁਸਤਾਨ ਦੇ ਵੱਡੇ ਸਰਮਾਇਦਾਰ ਨੂੰ ਵੀ ਨਹੀਂ ਆੜਤੀ ਇਹ ਕਿੱਥੇ ਆ ਜਾਏਗੀ ਉਹ ਪਹਿਲੀ ਜਨਰੇਸ਼ਨ ਦਾ ਆੜਤੀ ਹੈ ਪਹਿਲੇ ਕਿਸਾਨ ਸੀ ਹੁਣ ਉਹ ਆੜਤੀਆ ਬਣਿਆ ਹੁਣ ਉਹਨੂੰ ਕੋਈ ਸਮਝ ਆਈ ਹੈ ਪਰ ਪਰ ਇਹ ਤੇ ਮੈਂ ਤਾਂ ਜੀ ਇੱਕ ਗੱਲ ਹੈਗੀ ਆ ਜਿਹੜਾ ਅੱਜ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਆ ਉਹਦੇ ਨਾਲ ਜਿਹੜਾ 22% ਕਮਿਸ਼ਨ ਲੈਣ ਵਾਲਾ ਉਹ ਕੰਮ ਤਾਂ ਖਤਮ ਹੋ ਗਿਆ ਨਹੀਂ ਖਤਮ ਹੋਏਗਾ ਨਾ ਕਿਉਂਕਿ ਬਹੁਤ ساری ਚੀਜ਼ ਜਿਹੜੀ ਉਹ ਉੱਥੇ ਵੇਚ ਹੀ ਜਾਏਗੀ ਬੰਡੀਆਂ ਵਿੱਚ ਹੀ ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਪਰ ਕਾਫੀ ਸਾਰਾ ਅਨਾਜ ਹੌਲੇ ਹੌਲੇ ਕਟਾਇਆ ਜਾਏਗਾ ਹੌਲੇ ਹੌਲੇ ਕਟਾਇਆ ਜਾਏਗਾ ਹੌਲੇ ਹੌਲੇ ਕਟਾਇਆ ਜਾਏਗਾ ਇਹ ਐਸੇ ਢੰਗ ਨਾਲ ਇਸ ਨੂੰ ਕਰਨਗੇ ਕਿ ਉਸ ਦਾ ਅਸਰ ਕਹਿੰ ਕੇ ਦੇਖੇ ਸੀ ਕਿ ਆ ਕਿ ਜੋ ਸੱਚ ਨਿਕਲਿਆ ਕਿ ਨਹੀਂ ਅਸੀਂ ਕਿਹਾ ਸੀ ਤੁਸੀਂ ਗਲਤੀਆਂ ਕਰਦੇ ਹੋ ਇਹ ਤੇ ਹੁਣ ਸੁਖਬੀਰ ਤੀਸਰੇ ਦਿਨ ਅਮਰਿੰਦਰ ਨੂੰ ਕਹਿੰਦਾ ਇਹ ਰੋਜ਼ ਕਹਿ ਰਿਹਾ ਹੈ ਕੋਈ ਨਹੀਂ ਕਹੇਗਾ ਚੋਣਾਂ ਵੇਲੇ ਵੀ ਕਹੇਗਾ ਉਸ ਤੋਂ ਬਾਅਦ ਵੀ ਕਹੇਗਾ ਲੇਕਿਨ ਨੁਕਸਾਨ ਆਨ ਦੀ ਹੌਲ ਇਸ ਕਰਕੇ ਹੋਏਗਾ ਕਿ ਵਾਸ ਮжоਰਿਟੀ ਆਫ ਦੀ ਪੈਜ਼ੈਂਟਸ ਬਹੁਤ ਵੱਡੀ ਗਿਣਤੀ ਜਿਹੜੀ ਕਿਸਾਨ ਆਂਦੀ ਹੈ ਉਸ ਨੂੰ ਨੁਕਸਾਨ ਆਉਣ ਵਾਲਾ ਤੇ ਜਿਹੜੇ ਤੁਸੀਂ ਢੀਂਡਾ ਸਾਹਿਬ ਵਾਲੀ ਗੱਲ ਕੀਤੀ ਉਹ ਤੇ ਧਾਰਮਿਕ ਗੱਲ ਦੇ ਉੱਪਰ ਖੜੇ ਹੈ ਉਹ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਦੇ ਵਾਰ ਤੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਸੈਂਟਰਲ ਗਵਰਨਮੈਂਟ ਉਸ ਵਕਤ ਕਰੇਗੀ ਜਦੋਂ ਬਾਦਲ ਹੋਰ ਨਾਲ ਹੁੰਦੇ ਅੰਡਰਸਟੈਂਡਿੰਗ ਕੰਪਲੀਟ ਹੋ ਜਾਏਗੀ ਜੇ ਉਸ ਦੇ ਖਿਲਾਫ ਆਉਣਗੇ ਜਾਂ ਉਹਦੇ ਹੱਕ ਵਿੱਚ ਆਉਣਗੇ ਫੈਸਲੇ ਇਤਨੀ ਜਲਦੀ ਨਹੀਂ ਹੁੰਦਾ ਇੰਨੀ ਇਤਨੀ ਰੋਲ ਜਾਣਾ ਵੀ ਸੰਭਵ ਨਹੀਂ ਤੇ ਦੁਗਣੀ ਆਮਦਨੀ ਵੀ ਸੰਭਵ ਨਹੀਂ ਮੈਂ ਤਾਂ ਬਸ ਇੱਥੇ ਲਾਵਾਂਗੇ ਅਸੀਂ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆਂ ਇਕ ਤੋਂ ਬਾਅਦ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਅਸੀਂ ਮਹਿਤਾ ਜੀ ਨਾਲ ਗੱਲਬਾਤ ਕਰ ਰਹੇ ਸੀ ਮਹਿਤਾ ਜੀ ਆਪਣਾ ਜਿਹੜਾ ਸਵਾਲ ਪਹਿਲਾਂ ਕੀਤਾ ਹੋਇਆ ਸਵਾਲ ਉਹਦਾ ਜਵਾਬ ਜਾਰੀ ਰੱਖਣਗੇ ਕੇਂਦਰ ਸਰਕਾਰ ਸ਼ਾਇਦ ਹੀ ਕਿਸੇ ਆਪਣੇ ਕੀਤੇ ਹੋਏ ਫੈਸਲੇ ਤੋਂ ਵਾਪਸ ਮੁੜੇ ਉਸ ਦੇ ਨਾਲ ਦੇਸ਼ ਦੇ ਹਾਲਾਤ ਵਿਗੜਨਗੇ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਖਰਾਬ ਹੋਵੇਗੀ ਤੇ ਉਸ ਦੇ ਵਿੱਚ ਐਲਾਨੀਆਂ ਆਫ ਹਾਸ਼ਿਜ਼ਮ ਜਾਂ ਐਲਾਨੀਆਂ ਰੈਵਲੂਸ਼ਨ ਯਾਨੀ ਦੋਨੋਂ ਐਕਸਟ੍ਰੀਮਸ ਦੀ ਪੋਸਿਬਿਲਿਟੀ ਹੈ ਐਲਾਨੀਆਂ ਅੱਜ ਹੁਣ ਐਲਾਨੀਆਂ ਰੈਵੋਲੂਸ਼ਨ ਦੀ ਗੱਲ ਤੇ ਖਤਮ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਹੁਣ ਅੱਜ ਕੱਲ ਐਲਾਨੀਆਂ ਫਾਸ਼ੀਜ਼ਮ ਦੀ ਗੱਲ ਜਿਹੜੀ ਹੈ ਉਹ ਰੁਕੀ ਹੋਈ ਏ ਲੇਕਿਨ ਫਾਸ਼ੀਜ਼ਮ ਤਾਂ ਹੈ ਹਿੰਦੁਸਤਾਨ ਚ ਕਰ ਰਿਹਾ ਹੈ ਵੀ ਪੂਰਾ ਫਾਸ਼ੀਜ਼ਮ ਹੈ ਜਿਹੜਾ ਕਿਸ ਸੈਂਟਰ ਦੀ ਜਿਹੜੇ ਆਰਡੀਨੈਂਸ ਦਾ ਜਾਰੀ ਕਰਦਾ ਹੀ ਫਾਸ਼ਿਸਟ ਸੈਕਸ਼ਨ ਹੈ ਯਾਨੀ ਉਸ ਵਕਤ ਉਹ ਵੀ ਚੁਣੀ ਹੋਈ ਸਰਕਾਰ ਸੀ ਜੇ ਚੁਣੀ ਹੋਈ ਸਰਕਾਰ ਨਾ ਹੋਵੇ ਜੇ ਅਗਲਾ ਇਲੈਕਸ਼ਨ ਜਿੱਤ ਜਾਂ ਤੇ ਐਲਾਨੀਆਂ ਫਾਸ਼ੀਸਮ ਫਾਸ਼ੀਸਮ ਆਏਗਾ ਇਹ ਇਹ ਤਾਂ ਹੋ ਸਕਦਾ ਹੈ ਕਿ ਵੈਸਟਰਨ ਵਰਲਡ ਵਿੱਚ ਜਿੱਥੇ ਕਿ ਇਨਕਲਾਬ ਪਹਿਲਾਂ ਆਣਾ ਚਾਹੀਦਾ ਸੀ ਸ਼ਾਇਦ ਆ ਜਾਏ ਸੋਸ਼ਲ ਵੈਲਫੇਅਰ ਦੀ ਸਿਚੁਏਸ਼ਨ ਪੋਸਿਬਿਲਿਟੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿੱਚ ਐਗਜ਼ਿਸਟ ਕਰਦੀ ਹੈ ਕੈਨੇਡਾ ਆਲਰੇਡੀ ਜਿਹੜਾ ਵੇ ਉਹ ਸਾਰੀਆਂ ਕਮਿਊਨਿਟੀਜ਼ ਨੂੰ ਪ੍ਰੋਪਰ ਟਰੀਟ ਕਰਦਾ ਵੇ ਸੋਸ਼ਲ ਰਿਲੀਫ ਵੀ ਜ਼ਿਆਦਾ ਜ਼ਿਆਦਾ ਦਿੰਦਾ ਵੇ ਮਾਈਨੋਰਿਟੀਜ਼ ਉੱਥੇ ਸੇਫ ਮਹਿਸੂਸ ਕਰਦੀਆਂ ਤੇ ਹੁਣ ਕੈਨੇਡਾ ਵਿੱਚ ਯੂ ਐਸ ਏ ਵਿੱਚ ਵੀ ਪਹਿਲੇ ਨਾਲੋਂ ਜ਼ਿਆਦਾ ਉਹਨਾਂ ਦੀ ਸੇ ਹੈ ਉਹ VOTING RIGHTS ਵੀ ਉਹਨਾਂ ਕੋਲ ਨਹੀਂ ਸਨ ਹੁੰਦੇ ਉਹ ਵੀ ਹੋ ਗਏ ਕਾਲੇ ਲੋਕਾਂ ਦੇ ਵਾਰੀ ਜਿਹੜੀ ਐਜੀਟੇਸ਼ਨ ਉਸਨੇ ਇੰਨਾ ਵੱਡਾ ਰੰਗ ਪਕੜਿਆ ਹੋਵੇ ਪਤਾ ਨਹੀਂ ਉਹ ਟਰੰਪ ਜਿੱਤੇਗਾ ਕਿ ਨਹੀਂ ਜਿੱਤੇਗਾ ਇਹ ਜਦ ਤੱਕ ਜਿੱਤ ਨਹੀਂ ਜਾਂਦਾ ਉਤਨੀ ਦੇਰ ਤੱਕ ਕੋਈ ਕੁਝ ਨਹੀਂ ਕਹਿ ਸਕਦਾ ਲੇਕਿਨ ਦੋ ਐਕਸਟਰੀਮਸ ਵੱਲ ਜਾਣ ਦੀ ਅਮਰੀਕਾ ਦੀ ਵੀ ਕਲੀਅਰ ਪੋਸਿਬਿਲਿਟੀ ਹੈ ਇੱਕ ਮੈਂ ਤੇ ਹੋਰ ਸਵਾਲ ਉਸ ਦਾ ਸਰ ਇੰਡੀਆ ਦੇ ਪਾਇਗਾ ਇੱਕ ਹੋਰ ਸਵਾਲ ਹੈ ਪੰਜਾਬ ਜਿਹੜਾ ਇੱਕ ਸਰਦੀ ਸੂਬਾ ਹੈ ਸਾਡੀ ਸਰਦ ਪਾਕਿਸਤਾਨ ਨਾਲ ਲੱਗਦੀ ਹੈ ਕੇਂਦਰ ਸਰਕਾਰ ਕੀ ਅਫੋਰਡ ਕਰ ਸਕਦੀ ਹੈ ਵੀ ਉਹ ਜਿਹੜੀ ਐਜੀਟੇਸ਼ਨ ਆ ਉਹਨੂੰ ਵਿਗੜ ਨਵੇ ਲਾ ਐਂਡ ਆਰਡਰ ਦੀ ਸਮੱਸਿਆ ਬਣ ਨਵੇ ਇਹਦੇ ਬਾਰੇ ਕੀ ਤੁਸੀਂ ਕਿਸ ਤਰ੍ਹਾਂ ਕੀ ਕਰ ਲਵੇ ਮਤਲਬ ਪੰਜਾਬ ਦੇ ਵਿੱਚ ਕਿਸਾਨਾਂ ਅੰਦੋਲਨ ਤੇ ਹੋਣਗੇ ਨਾਲ ਉਹਦੇ ਖੇਤ ਮਜ਼ਦੂਰ ਵੀ ਹੋਣਗੇ ਨਾਲ ਉਹਦੇ ਆੜਤੀਆਂ ਦਾ ਵੀ ਕੁਝ ਹਿੱਸਾ ਹੋਏਗਾ ਪੰਜਾਬ ਦੇ ਵਿੱਚ ਐਜੀਟੇਸ਼ਨ ਜਿਹੜੀ ਹੈ ਅਗਲੇ ਦਿਨਾਂ ਦੇ ਵਿੱਚ ਹੋਰ ਮਗੇਗੀ ਜਿਹਦਾ ਅੰਦਾਜ਼ਾ ਹੈ ਇਹ ਪੰਜਾਬ ਇਸ ਦੇ ਨਾਲ ਹੀ ਇੱਕ ਸਰਦੀ ਲ਼ੂਬਾ ਵੀ ਹੈ ਕਿ ਕੇਂਦਰ ਸਰਕਾਰ ਇਹ ਫੋਰਡ ਕਰ ਸਕੇਗੀ ਕਿ ਪੰਜਾਬ ਦੇ ਵਿੱਚ ਜੋ ਮਰਜੀ ਇਹ ਚੱਲਦਾ ਰਹੇ ਲਾ ਐਂਡ ਆਰਡਰ ਦੀ ਸਥਿਤੀ ਵਿਗੜਦੀ ਰਹੇ ਮਤਲਬ ਹੋਰ ਸਾਰਾ ਕੁਝ ਹੁੰਦਾ ਰਹੇ ਪੰਜਾਬ ਜੇ ਇਹ ਚੀਜ਼ ਨਾ ਕਸ਼ਮੀਰ ਵਿੱਚ ਇਸ ਤੋਂ ਵੀ ਘੱਟ ਅਫੋਰਡੇਬਲ ਸੀ ਹਾਂਜੀ ਲੇਕਿਨ ਉਹਨਾਂ ਨੇ ਕਰ ਲਿਆ ਉਹਨਾਂ ਨੇ ਕਰਨ ਤੇ ਬਾਅਦ ਉਹਨਾਂ ਦੀ ਪਲਾਨ ਜਿਹੜੀ ਸੀ ਉਹ ਬਾਅਦ ਵਿੱਚ ਆਈ ਉਹਨਾਂ ਦੇ ਪਲਾਨ ਇਹ ਕਿ ਇੱਕ ਨਵੀਂ ਪਾਰਟੀ ਖੜੀ ਕਰਕੇ ਅਸੀਂ ਡੈਮੋਕਰੇਸੀ ਗਰਾਸ ਰੂਟਸ ਤੋਂ ਉੱਪਰ ਵੱਲ ਲੈ ਜਾਵਾਂਗੇ। ਲੇਕਿਨ ਸਿਰਫ ਇੱਕ ਟੈਰਰਿਸਟ ਐਕਸ਼ਨ ਉੱਥੇ ਹੋਇਆ। ਇੱਕ ਜਿਹੜੇ ਕੁਝ ਮੁਸਲਮਾਨਾਂ ਨੇ ਕਸ਼ਮੀਰ ਵੈਲੀ ਵਿੱਚ ਭਾਜਪਾ ਜੁਆਇਨ ਕੀਤੀ। ਉਹਨਾਂ ਚ ਇੱਕ ਇੰਪੋਰਟੈਂਟ ਆਦਮੀ ਨੂੰ ਮਾਰਿਆ ਗਿਆ। ਤਰਸਨ ਮਾਰੇ। ਉਸ ਤੋਂ ਬਾਅਦ ਸਾਰਿਆਂ ਬੰਦਿਆਂ ਨੇ ਜਿੰਨੇ ਵੀ ਭਾਜਪਾ ਵਿੱਚ ਸ਼ਾਮਲ ਸਾਰੇ ਨਸਤੀਫੇ ਦੇ ਦਿੱਤੇ। ਇਸ ਕਰਕੇ ਕੁਝ ਨਹੀਂ ਕੀਤਾ ਜਾ ਸਕਦਾ ਆਉਣ ਵਾਲੇ ਵਕਤ ਵਿੱਚ ਕੀ ਹੁੰਦਾ ਵੇ ਲੇਕਿਨ ਕਸ਼ਮੀਰ ਵੈਲੀ ਵਿੱਚ ਜਿੱਥੇ ਮੁਸਲਮਾਨਾਂ ਦੀ ਇਤਨੀ ਵੱਡੀ ਮੈਜੋਰਿਟੀ ਹੈ ਉਹ ਪੁਲਿਸ ਦੇ ਉੱਪਰ ਹਮਲੇ ਕਰਦੇ ਹਨ ਹੁਣ ਉਹ ਆਪਣੀ ਪੁਲਿਸ ਦੇ ਉੱਪਰ ਹਮਲੇ ਸ਼ਾਇਦ ਕਰਨੇ ਬੰਦ ਕਰ ਦੇਣ ਕਿਉਂਕਿ ਆਪਣੀ ਕਹਿਣ ਕਿ ਉਹਨੂੰ ਕਿ ਸਾਡੀ ਹੈ ਔਰ ਉਸ ਤਰ੍ਹਾਂ ਦੇ ਕੇਸੇ ਚੱਲ ਵੀ ਰਹੇ ਜਿੱਥੇ ਕਿ ਉਹਨਾਂ ਦੇ ਪੁਲਿਸ ਦੇ ਆਪਣੇ ਆਫੀਸਰਸ ਉਹਨਾਂ ਦੀ ਮਦਦ ਕਰਦੇ ਰਹੇ ਮੈਂ ਤਾਂ ਇਹ ਮੈਂ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਆਇਆ ਦੋ ਵਾਰੀ ਮੈਨੂੰ ਪਹਿਲੇ 6 ਮਹੀਨੇ ਤੇ ਜਾਣ ਦਾ ਮੌਕਾ ਮਿਲਿਆ ਉੱਥੇ ਅਸੀਂ ਪ੍ਰੈਸ ਕੌਂਸਲ ਆਫ ਇੰਡੀਆ ਦਾ ਇੱਕ ਵਰਤ ਗਿਆ ਸੀਗਾ ਉਹਦੇ ਵਿੱਚ ਅਸੀਂ ਗਏ ਸੀਗੇ ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੋਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਉੱਥੇ ਉੱਥੇ ਇਹ ਸੀਗਾ ਵੀ ਜਿਹੜਾ ਪੁਲਿਸ ਨੇ ਕੋਈ ਕੰਮ ਕਰਨਾ ਸੀ ਉਹ ਕਰ ਲਿਆ ਹੁਣ ਉਹ ਸੋਚਦੇ ਆ ਵੀ ਇਹਦਾ ਕੋਈ ਅਗਲਾ ਰਾਜਨੀਤਿਕ ਅਮਲ ਸ਼ੁਰੂ ਹੋਣਾ ਚਾਹੀਦਾ ਹੈ ਜੇ ਉਹ ਅਮਲ ਨਹੀਂ ਚਿਰੂ ਹੁੰਦਾ ਤਾਂ ਉਹ ਉਹਨਾਂ ਦਾ ਇਹ ਵੀ ਕਹਿਣਾ ਵੀ ਇਹ ਜਿਹੜੀ ਸਥਿਤੀ ਹੈ ਇਹ ਫਿਰ ਮਾੜੇ ਰਸਤੇ ਵੱਲੋਂ ਜਾ ਸਕਦੀ ਹੈ ਤੇ ਮੈਂ ਵੀ ਇਹ ਗੱਲ ਕਹੀ ਹੈ ਹਾਂਜੀ ਤੇ ਇਸ ਕਰਕੇ ਪੰਜਾਬ ਉਹਦਾ ਨਾਲ ਲੱਗਵਾਂ ਸੂਬਾ ਹੈ ਕੀ ਕੇਂਦਰ ਇਹ ਅਫੋਰਡ ਕਰੇਗਾ ਵੀ ਇਹ ਸਾਰੇ ਜਿਹੜੇ ਸੂਬੇ ਡਿਸਟਰਬੈਂਸ ਵਾਲੇ ਪਾਸੇ ਵੱਲੋਂ ਵਾਜਣ ਡਿਸਟਰਬੈਂਸ ਤਾਂ ਇੱਥੇ ਹੋ ਸਕਦੀ ਹੈ ਲੇਕਿਨ ਪੰਜਾਬ ਵਿੱਚ ਇੱਕ ਖਾਸ ਫਰਕ ਹੈ ਕਸ਼ਮੀਰ ਵੈਲੀ ਨਾਲੋਂ ਹਾਂਜੀ ਉਹ ਫਰਕ ਇਹ ਵੇ ਕੇ ਸਿੱਖ ਪੰਜਾਬ ਤੋਂ ਜਾਂ ਦੇਸ਼ ਤੋਂ ਬਹੁਤ ਘੱਟ ਐਲੀਨੇਟਡ ਰਿਹਾ ਹੋਵੇ ਉਸ ਪੀਰੀਅਡ ਵਿੱਚ ਵੀ ਜਦੋਂ ਬਹੁਤ ਵਾਇਲੈਂਸੀ ਕੀ ਬਹੁਤ ਸਾਰੇ ਸਿੱਖ ਖਾਲਸਾਣ ਦੇ ਸਖਤ ਖਿਲਾਫ ਸਨ ਔਰ ਸਿੱਖ ਇੰਡੀਆ ਦੇ ਬਹੁਤ ਏਰੀਆਜ਼ ਵਿੱਚ ਬਹੁਤ ਜ਼ਿਆਦਾ ਪ੍ਰੋਸਪਰਸ ਹੈਗੇ ਉਹਨਾਂ ਦਾ ਵੀ ਪ੍ਰਭਾਵ ਸੀ ਹਾਂਜੀ ਵਿਦੇਸ਼ਾਂ ਵਾਲਿਆਂ ਨੇ ਕਈਆਂ ਨੇ ਇੱਥੇ ਦੇ ਸਿੱਖਾਂ ਦੀ ਜਿਹੜੇ ਬੰਦੂਗਾ ਚੁੱਕੀ ਪਰਦੇ ਸਨ ਉਹਨਾਂ ਦੀ ਮਦਦ ਕੀਤੀ ਪਰ ਹੋਰਾਂ ਨੇ ਨਹੀਂ ਲੇਕਿਨ ਕਸ਼ਮੀਰ ਦੀ ਜਿਹੜੀ ਵੈਲੀ ਹੈ ਉਸ ਦੇ ਵਿੱਚ ਹਾਲੀ ਤੱਕ ਭਾਰਤ ਦੇਸ਼ ਦੇ ਲੋਕਾਂ ਨੂੰ ਇਹ ਨਹੀਂ ਪਤਾ ਪਤਾ ਨਹੀਂ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ 1947 ਵਿੱਚ ਤੇ ਉਸ ਤੋਂ ਪਹਿਲਾਂ ਜੰਮੂ ਸ਼ਹਿਰ ਮੁਸਲਮਾਨਾਂ ਦੀ ਮੇਜੋਰਿਟੀ ਹੁੰਦੀ ਸੀ ਹਾਂ ਜੀ ਜੰਮੂ ਸ਼ਹਿਰ ਉੱਥੇ ਉਹਨਾਂ ਨੂੰ ਮਾਰ ਕੁੱਟ ਕੇ ਇਹਨਾਂ ਬੁਰਾ ਹਾਲ ਕਰਕੇ ਰਾਜੇ ਵੇਲੇ ਹਾਲੀ ਇੰਡੀਆ ਦੇ ਨਾਲ ਰਹਿਆ ਨਹੀਂ ਸੀ ਕੱਢਿਆ ਗਿਆ ਤਾਂ ਕਿ ਇੱਕ ਸੇਫ ਹਿੰਦੂ ਏਰੀਆ ਬਣ ਜਾਏ ਇਹ ਰਾਜਾ ਮਹਾਰਾਜਾ ਕਰ ਗਿਆ ਵੇ ਯਾਨੀ ਹਿੰਦੁਸਤਾਨ ਦਾ ਰਲਣ ਤੋਂ ਪਹਿਲਾਂ ਸੋ ਇਸ ਕਰਕੇ ਸਿਆਸਤ ਦੀਆਂ ਜਿਹੜੀਆਂ ਗੁੰਝਲਾਂ ਉਹਦੀਆਂ ਜਿਹੜੀਆਂ ਗੁੰਝਲਾਂ ਇਹ ਜਿਹੜੀ ਕੋਰੇ گاؤں ਵਿੱਚ ਹੋ ਰਿਹਾ ਹੈ ਇੱਕ ਕਾਸਟ ਅਗੇਂਸਟ ਅਨਦਰ ਕਾਸਟ ਜਿਹੜੀ ਲੜੀ ਹੋਈ ਇਸ ਦੇ ਵਿੱਚ ਮਹਾਰ ਬਾਬਾ ਵੇਦਕਰ ਮਹਾਰ ਸਨ ਹਾਂ ਜੀ ਮਹਾਰਾਜ ਮੈਂ ਢਾਲੀ ਵੀ ਹੈਗੀ ਹੈ ਮਹਾਰਸ ਦਾ ਤੇ ਉਹਨਾਂ ਦਾ ਦੂਜਿਆਂ ਦਾ ਕਲੈਸ਼ ਹੈ ਜਿਹੜੇ ਉਹ ਬ੍ਰਾਹਮਣ ਸੋ ਇਸ ਦੇਸ਼ ਦੇ ਬਾਰੇ ਪੱਕੇ ਤੌਰ ਤੇ ਕੁਝ ਕਹਿ ਸਕਣਾ ਇਸ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ ਕਹਿ ਸਕਣਾ ਐਕਚੁਅਲੀ ਇਹ ਰਾਸ਼ਟਰਤਾ ਹੈ ਨਹੀਂ ਬਹੁ ਰਾਸ਼ਟਰੀ ਦੇਸ਼ ਹੈ ਇਸ ਦੀ ਜੇ ਅਸੀਂ ਲਿੰਗੁਇਸਟਿਕ ਨੇਸ਼ਨਸ ਬਣਾ ਕੇ ਇੰਡੀਆ ਦੀਆਂ ਰਾਦਰ ਦੈਨ ਕਿ ਇਹਨਾਂ ਨੂੰ ਰਿਲੀਜੀਅਨ ਨੂੰ ਆਧਾਰ ਬਣਾਉਣ ਦੀ ਬਜਾਏ ਜੇ ਭਾਸ਼ਾ ਨੂੰ ਆਧਾਰ ਬਣਾਇਆ ਜਾਵੇ ਤੇ ਹਿੰਦੁਸਤਾਨ ਬੜਾ ਪ੍ਰੋਸਪਰਸ ਪ੍ਰੋਸਪਰਸ ਦੇਸ਼ ਬਣ ਸਕਦਾ ਔਰ ਪਿਓਰਲੀ ਫੈਡਰਲ ਹੋਵੇ ਬਹੁਤ ਪ੍ਰੋਸਪਰਸ ਦੇਸ਼ ਬਣ ਸਕਦਾ ਕੋਈ ਦੇਸ਼ ਮੁਸ਼ਕਲ ਨਹੀਂ ਹੈ ਔਰ ਕਿਉਂਕਿ ਹਿੰਦੁਸਤਾਨ ਵਿੱਚ ਅਸੀਂ ਹਿੰਦੀ ਨੂੰ ਸਾਰੇ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੇ ਹਾਂ ਔਰ ਕੁਝ ਹੱਦ ਤੱਕ ਕਾਮਯਾਬੀ ਹੋ ਗਏ ਹਨ ਲੇਕਿਨ ਉਸ ਦਾ ਨਤੀਜਾ ਕੀ ਹੋਇਆ ਕਿ ਯੂਪੀ ਵਿੱਚ ਜਿਹੜੀ ਸਭ ਤੋਂ ਵੱਡੀ ਸੇਟ ਹੈ 8 ਲੱਖ ਸਟੂਡੈਂਟ ਹਿੰਦੀ ਵਿੱਚੋਂ ਫੇਲ ਹੋਏ ਹਨ میٹرਿਕ ਦੇ ਇਮਤਿਹਾਨ ਯਾਨੀ ਹਿੰਦੀ ਜਿਹੜੀ ਹੈ ਲੋਕਾਂ ਦੀ ਬੋਲੀ ਤੋਂ ਇੰਨੀ ਦੂਰ ਹੈ ਸ਼ਹਿਰੀ ਲੋਕਾਂ ਦੀ ਬੋਲੀ ਦੂਸਰੇ ਦੇ ਫੋਟੋਸਤੀ ਗਈ ਉਹ ਦੂਜੀਆਂ ਬੋਲੀਆਂ ਛੋਟੀਆਂ ਬੋਲੀਆਂ ਬੋਲਦੇ ਪੋਝਪੂਰੀ ਫਿਲਮ ਚੰਗੀ ਜੀ ਬਣਦਾ ਹੈ ਤੁਹਾਡਾ ਤੜ ਚੱਲਦੀ ਹੈ ਹਿੰਦੀ ਦੀ ਫਿਲਮਾਂ ਦੇ ਬਰਾਬਰ ਤੇ ਇਹ ਬਨੋਜ ਪਾਈ ਉਹਦੇ ਤੋਂ ਕਿੱਥੇ ਹੁੰਦਾ ਕਿੱਥੇ ਪਹੁੰਚ ਗਿਆ ਇੱਕ ਇਹ ਜਿਹੜੇ ਆਰਡੀਨੈਂਸ ਮੈਂ ਫੇਰ ਉਹਦੇ ਤੇ ਆਉਣਾ ਇਹ ਕੇਂਦਰ ਸਰਕਾਰ ਨੇ ਲਿਆਂਦੇ ਕਿਉਂ ਕੀ ਕਾਰਨ ਕੀ ਹੋ ਗਿਆ ਮਤਲਬ ਇਹਨਾਂ ਨੂੰ ਕੀ ਪ੍ਰੋਬਲਮ ਕੀ ਹੈ ਕਾਲੀ ਵਿੱਚ ਹੈ ਜਿਹੜਾ ਇਹਨਾਂ ਦਾ ਰੀਅਲ ਏਜੰਡਾ ਵੇ ਹਿੰਦੂ ਰਾਸ਼ਟਰ ਬਣਾਉਣ ਦਾ ਉਸ ਦੇ ਵਿੱਚ ਕਾਲੀ ਚ ਹੈ ਜੇ ਕਾਲ ਨਾ ਹੋਵੇ ਤੇ ਕਾਫੀ ਹੱਦ ਤੱਕ ਤੇ ਬਣਿਆ ਪਿਆ ਕੰਮ ਤਿਆਰ ਹਲੇ ਹਲੇ ਕਰਕੇ ਕਾਂਗਰਸ ਵੀ ਕਰੀ ਜਾ ਰਹੀ ਸੀ ਇਕਨੋਮਿਕ ਪਾਲਿਸੀ ਵੀ ਕਰੀ ਜਾ ਰਹੀ ਸੀ ਦੂਸਰੀ ਵੀ ਕਰਨ ਜਾ ਰਹੀ ਸੀ ਇੰਦਰਾ ਗਾਂਧੀ ਵੇਲੇ ਸ਼ੁਰੂ ਹੋ ਗਿਆ ਸੀ ਕੰਮ ਹਲੇ ਹਲੇ ਹੁੰਦਾ ਹੀ ਰਿਹਾ ਕਦੋਂ ਨਹੀਂ ਹੋਇਆ ਜੇ ਮਤਲਬ ਇਹ ਪਿਛਲੇ ਸਮੇਂ ਜਿਸ ਪਾਸੇ ਵੱਲ ਨੂੰ ਜ਼ਿਆਦਾ ਵਧ ਰਿਹਾ ਉਹਦੇ ਨਾਲ ਇਸ ਦੇਸ਼ ਦੇ ਜਿਹੜੀ ਮਿਨੋਰਟੀ ਉਹਨਾਂ ਲਈ ਖਤਰਾ ਨਹੀਂ ਖੜਾ ਹੋਏਗਾ ਖਤਰਾ ਤੇ ਹੈ ਹੀ ਕੋਈ ਸ਼ੱਕ ਹੀ ਨਹੀਂ ਲੇਕਿਨ ਖਤਰੇ ਦੇ ਵਿੱਚ ਦੋ ਤੇਰਾ ਹੁੰਦੀਆਂ ਨਾ ਖਤਰੇ ਦੇ ਜੇ ਤੇ ਠੀਕ ਹੈ ਕਿ ਮਾਈਨੋਰਟੀ ਨੂੰ ਨੁਕਸਾਨ ਜ਼ਿਆਦਾ ਹੁੰਦਾ ਲੇਕਿਨ ਮੈਜੋਰਟੀ ਦੇ ਬੰਦੇ ਮਾਰੇ ਨਹੀਂ ਜਾਂਦੇ ਕੀ ਮਿਲੀਟੈਂਸੀ ਪੈਦਾ ਨਹੀਂ ਹੁੰਦੀ ਮਾਈਨੋਰਟੀ ਵਿੱਚ ਕੀ ਮਾਈਨੋਰਟੀ ਵਾਲੇ ਜਿਹੜੇ ਹਥਿਆਰਬੰਦ ਲੋਕ ਆ ਉਹ ਅੱਗੇ ਨਹੀਂ ਆਉਂਦੇ ਕਸ਼ਮੀਰੀਆਂ ਨਾਲੋਂ ਪੰਜਾਬੀ ਪੰਜਾਬ ਵਿੱਚ ਸਿੱਖਾਂ ਦੀ ਸਮੱਸਿਆ ਵਾ ਸਮੱਸਿਆ ਉਸੇ ਭਿਆਨਕ ਰੂਪ ਵਿੱਚ ਆ ਸਕਦੀ ਹੈ ਜਿਸ ਤਰ੍ਹਾਂ ਭਿਆਨਕ ਰੂਪ ਵਿੱਚ ਆਈ ਸੀ ਔਖਾ ਵਕਤ ਸੀ ਬਹੁਤ ਸਾਰਾ ਪੰਜਾਬ ਦੇ ਲੋਕਾਂ ਲਈ ਸਿੱਖਾਂ ਲਈ ਖਾਸ ਕਰਕੇ ਔਖਾ ਸੀ ਕਿਉਂਕਿ ਸਿੱਖਾਂ ਨੂੰ ਟੋਡੀ ਕਹਿ ਕੇ ਸਿੱਖ ਬਹੁਤ ਮਾਰੇ ਗਏ ਸਨ ਬਹੁਤ ਲੋਕਾਂ ਨੂੰ ਨੁਕਸਾਨ ਹੋਇਆ ਸੀ ਤੇ ਇਹ ਜਿਹੜੇ ਆਰਡੀਨੈਂਸ ਹੈ ਜੇ ਕਿਸਾਨਾਂ ਨੇ ਵਾਪਸ ਕਰਾਉਣੇ ਹੋਏ ਜਾਂ ਹੋਰਾਂ ਨੇ ਤਾਂ ਉਹਨਾਂ ਨੂੰ ਕੀ ਕਰਨਾ ਪੈਗਾ ਇਹਹੀ ਅੰਦੋਲਨ ਹੀ ਕਰਨਾ ਪੈਗਾ ਜਾਂ ਕੋਈ ਹੋਰ ਵੀ ਰਸਤੇ ਹੋ ਸਕਦੇ ਦੋ ਪੱਧਰ ਤੇ ਕਰਨਾ ਪਏਗਾ ਹਾਂਜੀ ਇੱਕ ਪੱਧਰ ਤੇ ਅੰਦੋਲਨ ਹੈ ਹਾਂਜੀ ਡਿਸੀਸਿਵ ਤੇ ਅੰਦੋਲਨ ਹੀ ਹੁੰਦਾ ਮੇਸ਼ਹਾਂ ਜੀ ਫੈਸਲਾ ਤੇ ਇਹੀ ਕਰੇਗਾ ਦੂਸਰਾ ਹੈ ਕਿ ਇਸ ਦੀ ਬૌਧਿਕ ਸਮਝ ਹਿੰਦੁਸਤਾਨ ਬੁਨਿਆਦੀ ਤੌਰ ਤੇ ਬਹੁ ਰਾਸ਼ਟਰੀ ਦੇਸ਼ ਹੈ ਭਾਸ਼ਾ ਦੇ ਆਧਾਰ ਤੇ ਇਸ ਨੂੰ ਰੀਆਰਗੇਨਾਈਜ਼ ਕਰਕੇ ਇੱਕ ਫੈਡਰਲ ਯੂਨਿਟ ਦੇ ਤੌਰ ਤੇ ਕਾਮਯਾਬ ਹੋ ਸਕਦਾ ਹੈ ਬਹੁਤ ਜ਼ਿਆਦਾ ਤਰੱਕੀ ਵੀ ਕਰ ਸਕਦਾ ਹੈ ਔਰ ਪੱਕੇ ਤੌਰ ਤੇ ਇਕੱਠਾ ਰਹਿ ਸਕਦਾ ਅਦਰਵਾਈਜ਼ ਹਿੰਦੁਸਤਾਨ ਨੂੰ ਆਪਣੀ ਐਗਜ਼ਿਸਟੈਂਸ ਦਾ ਖਤਰਾ ਉਸ ਐਗਜ਼ਿਸਟੈਂਸ ਕਰਕੇ ਹੀ ਤਾਂ ਸਭ ਕੁਝ ਸਾਰੇ ਪਾਲਿਸੀਜ਼ ਹੁੰਦੀ ਹੈ ਫੌਜ ਇੰਨੀ ਦੇ ਵੱਡੀ ਕਿਉਂ ਬਣਾਈ ਜਾ ਰਹੀ ਹੈ ਐਨੇ ਸਾਰੇ ਸਾਈਟਮ ਆਮ ਕਿਸ ਖੁਸ਼ੀਚ ਬਣਾਇ ਅਸੀਂ ਚੀਨ ਦਾ ਮੁਕਾਬਲਾ ਕਰਨ ਜੋ ਕਿ ਬਿਲਕੁਲ ਹੈ ਹੀ ਨਹੀਂ ਸਿਰਫ ਦੂਜੇ ਨਾਲ ਇੱਕ ਐਲਾਈਅੰਸ ਬਣਾਉਣ ਵਾਸਤੇ ਕਰਨ ਕਰਨ ਦੀ ਹਾਲਤ ਬਣਨ ਲੱਗਿਓ ਹੈ ਹਿੰਦੁਸਤਾਨ ਬਿਲਕੁਲ ਯਾਨੀ ਆਪਣੇ ਆਪ ਨੂੰ ਜ਼ਰੂਰਤ ਤੋਂ ਜ਼ਿਆਦਾ ਸ਼ਰੀਫ ਤੌਰ ਤੇ ਪੇਸ਼ ਕਰਨ ਲਈ ਸੈਕੂਲਰ ਕਹਿੰਦਾ ਰਹੇ ਹਿੰਦੁਸਤਾਨ ਵਿੱਚ ਬੜੇ ਥੋੜੇ ਲੋਕ ਨਹੀਂ ਤੇ ਤੁਸੀਂ ਦਿੱਲੀ ਸ਼ਹਿਰ ਵਿੱਚ ਜਿੱਥੇ ਕਿ ਭਾਪੀ ਜਿੱਤ ਨਹੀਂ ਸਕੀ ਉਹ ਜਿੱਤੀ ਸੀ ਸਿਰਫ ਕਾਂਗਰਸ ਦੀ ਵੋਟ ਟ੍ਰਾਂਸਫਰ ਹੋਈ ਹੈ ਪੀਪੀਪੀ ਨੂੰ ਆਮ ਆਦਮੀ ਪਾਰਟੀ ਨੂੰ ਨਹੀਂ अदरवाइज ਦਿੱਲੀ ਜਿੱਤਣ ਦਾ ਕੋਪੀ ਨਹੀਂ ਸੀ ਉਹਨਾਂ ਦਾ ਯਾਨੀ 4 4.5% ਵੋਟ ਇਤਨੀ ਪੂਰ ਪਰਫਾਰਮੈਂਸ ਤੋਂ ਬਾਅਦ ਪਹਿਲੇ 5 ਸਾਲਾਂ ਦੀ ਇਤਨੀ ਘਟੀਆ ਪਰਫਾਰਮੈਂਸ ਹੈ ਇਹ ਮੋਦੀ ਸਾਹਿਬ ਦੀ ਪਹਿਲੇ ਫਸਟ ਉਸ ਤੋਂ ਬਾਅਦ ਸੀਟਾਂ ਵਧ ਜਾਣ ਔਰ ਦਿੱਲੀ ਵਿੱਚ ਵੋਟਰਾਂ ਵਧ ਜਾਣ ਸੀਟਾਂ ਪਾਵੇਂ ਨਾ ਆਵਾ ਸਕ ਔਰ ਜਿੱਥੇ ਵੀ ਸਰਕਾਰ ਥੋੜੀ ਦੇਰ ਲਈ ਕਾਂਗਰਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਕਰਨਾਟਕ ਦੀ ਕੋਸ਼ਿਸ਼ ਕੀਤੀ ਉਹ ਕੁਝ ਦੇਰ ਬਾਅਦ ਫੇਲ ਹੋ ਗਈ ਮੱਧ ਪ੍ਰਦੇਸ਼ ਦੀ ਕੋਸ਼ਿਸ਼ ਕੀਤੀ ਬਣਾਣ ਦੀ ਉਹ ਫੇਲ ਹੋ ਗਈ ਹੁਣ ਰਾਜਸਥਾਨ ਕੀ ਹੋਏਗਾ ਇਹ ਪਤਾ ਨਹੀਂ ਯਾਨੀ ਕਾਂਗਰਸ ਤੇ ਬੀਜੇਪੀ ਦੋ ਆਲ ਇੰਡੀਆ ਪਾਰਟੀ ਦੇ ਤੌਰ ਤੇ ਕੰਪੀਟ ਕਰਨਗੇ ਇਹ ਸੁਪਨਾ ਤੇ 500 ਸਾਲ ਵੀ ਨਹੀਂ ਪੂਰਾ ਹੋਣਾ ਇਹ ਸੁਪਨਾ ਨਹੀਂ ਸੰਭਵ ਕਾਂਗਰਸ ਹਾਲੇ ਹਾਲੇ ਕੰਮ ਕਰ ਰਹੀ ਹੈ ਕਾਂਗਰਸ ਨਹੀਂ ਪੈਦਾ ਕੀਤੀ ਆਰਐਸਐਸ ਬੀਜੇਪੀ ਇਹਨਾਂ ਦੇ ਲੀਡਰ ਬੜੇ ਕਾਮਨ ਰਹੇ ਹਾਰਡ ਕੋਰ ਦੇ ਜਿਹੜੀ ਆਰਐਸਐਸ ਦੀ ਉਹ ਏਜੰਡੇ ਨੂੰ ਕੱਲ ਹੀ ਨਾਲ ਕਰ ਰਹੇ ਇਹ ਕਾਲੀ ਦੇ ਵਿੱਚ ਮਤਲਬ ਦੇਸ਼ ਦੇ ਦੇਸ਼ ਕਿਧਰ ਨੂੰ ਜਾਏਗਾ ਘਾਟੇ ਦਾ ਸੌਦਾ ਇੱਜਾੜਾ ਘਾਟੇ ਦੇ ਸੌਦੇ ਵਿੱਚ ਜਾਏਗਾ ਦੇਸ਼ ਦੀ ਇਕਨੋਮਿਕ ਹਾਲਤ ਬਹੁਤ ਖਰਾਬ ਹੈ ਜਿਹੜਾ ਕਰੋਨਾ ਮਹਾਮਾਰੀ ਦਾ ਦੌਰ ਹੈ ਇਹਦੇ ਵਿੱਚ ਸਾਰਾ ਕੁਝ ਬਹੁਤ ਹੀਟਾ ਨੂੰ ਗਿਆ ਸਾਡੇ ਦੇਸ਼ ਦੀ ਆਰਥਿਕਤਾ ਬਹੁਤ ਹੀਟਾ ਨੂੰ ਗਈ ਹੈ ਹੋਰ ਜਾਏਗੀ ਢੇਟ ਹੋਰ ਹੀਟਾਂ ਜਾਏਗੀ ਹਰ ਹਾਲਤ ਤੇ ਹੀਟਾਂ ਜਾਏਗੀ ਇਹ ਉੱਪਰ ਜਾ ਨਹੀਂ ਸਕਦੇ 5 ਸਾਲ ਤੱਕ ਨਹੀਂ ਜਾ ਸਕੀ ਇਹ ਸੋਚਦੇ ਆ ਕਿ ਅਸੀਂ 2023 ਸਾਲਾਂ ਚ ਇਹਨੂੰ ਠੀਕ ਕਰ ਲਾਂਗੇ ਇਸੇ ਕਰਕੇ ਅਕਾਊਂਟਿੰਗ ਦਾ ਸਿਸਟਮ ਬਦਲ ਦਿੱਤਾ ਗਿਆ ਹੁਣ ਅਸੀਂ ਗਰੋਥ ਰੇਟ ਨੂੰ ਲਵਾਂਗੇ ਜੇ ਗਰੋ ਹੁਣ ਫਾਰ ਐਗਜ਼ਾਮਪਲ ਗਰੋਥ ਰੇਟ ਸਾਡਾ ਪਹਿਲੇ 8 ਸੀਗਾ ਹੁਣ -5 ਆ ਗਿਆ ਹਾਂਜੀ -5 ਤੋਂ ਬਾਅਦ ਅਗਲੇ ਸਾਲ ਇਹ -2 ਰਹਿ ਜਾਏ ਅਸੀਂ ਕਹੇ ਜੀ ਅਸੀਂ 3% ਗਰੋ ਕਰ ਗਏ ਹੂੰ ਕਿਉਂਕਿ ਪਿਛਲੇ ਸਾਲ ਤੋਂ ਇਹ ਨਹੀਂ ਇਹ ਨਹੀਂ ਕੋਈ ਅਖਬਾਰ ਵਾਲਾ ਨਹੀਂ ਲਿਖ ਰਿਹਾ ਸਭ ਬੇਈਮਾਨ ਹੈ ਕੋਈ ਨਹੀਂ ਲਿਖ ਰਿਹਾ ਕੋਈ ਆਰਟੀਕਲ ਵਾਲਾ ਨਹੀਂ ਲਿਖ ਰਿਹਾ ਕੋਈ ਕਾਲਮਿਸਟ ਨਹੀਂ ਲਿਖ ਰਿਹਾ ਕੋਈ ਵਿਦਵਾਨ ਨਹੀਂ ਇਹ ਗੱਲ ਕਹਿ ਰਿਹਾ ਕਿ ਜੀ ਤੁਸੀਂ ਕੋਈ ਇਸ ਤਰ੍ਹਾਂ ਕਰੋ ਕਿ ਜੀ ਡੀ ਪੀ ਦੱਸੋ ਕਿ ਨਾ ਹਾਂ ਜੀ ਜੇ ਤੁਸੀਂ ਜੀ ਡੀ ਪੀ ਦੱਸ ਦਿਓ ਉਹ ਤੇ ਘਟੇਗਾ ਨਾ ਤੇ ਜੀ ਡੀ ਪੀ ਫਿਰ ਪਰ ਕਾਪੀਟਲ ਇਨਕਮ ਦੱਸ ਦਿਓ ਉਹ ਵੀ ਨਹੀਂ ਦੱਸ ਰਹੇ ਦੱਸਦੇ ਕਿ ਜੀ ਗਰੋਥ ਰੇਟ ਇਹ ਠੀਕ ਹੈ ਗਰੋਥ ਰੇਟ ਗਰੋਥ ਰੇਟ ਕਮ ਆ ਜਾਏਗਾ ਗਰੋਥ ਰੇਟ ਤੇ ਹਰਾਜ ਵਧੇਗਾ ਪਰ ਇੱਕ ਕਿਸੇ ਦੌਰ ਦੇ ਵਿੱਚ ਹੋਇਆ ਵੀ ਕਮਾਂਤਰੀ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਕਾਫੀ ਘਟੀਆਂ ਸਾਡੇ ਵਧੀਆਂ ਕੀ ਇਹਦੇ ਕਿਉਂ ਹੋਇਆ ਕਿ ਕਿ ਸ਼ੇਅਰ ਮਾਰਕੀਟ ਦੇ ਨਹੀਂ 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 ਤੇਲ ਮਾਰਕੀਟ ਕਮਾਂਤਰੀ ਮੰਡੀ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਤੇ ਸਾਡੇ ਦੇਸ਼ ਦੇ ਵਿੱਚ ਵਧੀਆਂ ਨੇ ਸਰਕਾਰ ਦੇ ਟੈਕਸ ਲਾਇਨ ਤੋਂ ਕਰਕੇ ਵਧੀਆਂ 30% ਤੋਂ ਘਟ ਜਿਹੜਾ ਕਿ ਤੇਲ ਦੀ ਕੀਮਤ ਹੈ 70% ਜਿਹੜਾ ਉਹ ਸਰਕਾਰ ਦੇ ਦੀਏ ਪਾਲਿਸੀ ਉਸ ਦੇ ਉੱਪਰ ਐਕਸਾਈਜ਼ ਡਿਊਟੀ ਵੀ ਲਾ ਦਿੰਦੇ ਐ ਤੇ ਕੰਪਨੀਆਂ ਸਰਕਾਰੀ ਐ ਉਹਨਾਂ ਵੱਲੋਂ ਐਲਾਨ ਕਰ ਦਿੰਦੇ ਨਾਲੇ ਇਹ ਕਹਿੰਦੇ ਵੀ ਅਸੀਂ ਜਿਹੜਾ ਇਹਨੂੰ ਜਿਹੜੀ ਕੁਮਾਂਤਰੀ ਮਾਰਕੀਟ ਨਾਲ ਜੋੜਤਾ ਮਾਰਕੀਟ ਦੇ ਵਿੱਚ ਜੋ ਰੇਟ ਹੋਏਗਾ ਉਹ ਉਹਦੇ ਮੁਤਾਬਕੀ ਕੀਮਤਾਂ ਵਧਣ ਘਟਣਗੀਆਂ ਇਹਨਾਂ ਦੇ ਕਹਿਣ ਦੇ ਉਹ ਦੋ ਦੋਨੋਂ ਗੱਲਾਂ ਨਾ ਨਾ ਇੱਕ ਨਾ ਨਾ ਸਮਝੋ ਇਹਨਾਂ ਨੇ ਤੇ ਵੀ ਕਿਹਾ ਸੀ ਕਿ ਅਸੀਂ ਅਸੀਂ ਸਾਰੀ ਦੁਨੀਆ ਤੋਂ ਬਲੈਕ ਮਨੀ ਕੱਢ ਕੇ ਲਿਆਵਾਂਗੇ ਤੇ ਤੁਹਾਡੇ ਬੈਂਕ ਅਕਾਊਂਟ ਰੂ ਜੰਨੇ ਨੇ ਪੈਸੇ ਪਾ ਦਿੱਤੇ ਜਾਣਗੇ ਕਹਿਣ ਦਾ ਤਾਂ ਕੋਈ ਮੈਟਰ ਨਹੀਂ ਕਰਦਾ ਕਹਿਣਾ ਕੋਈ ਬਹੁਤ ਜ਼ਿਆਦਾ ਮੈਟਰ ਨਹੀਂ ਕਰਦਾ ਇਹ ਤੇ ਡੈਮੋਕ੍ਰੇਸੀ ਜਿਹੜੀ ਇਹ ਆਪਣੇ ਆਪ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਸੱਚ ਤੇ ਅਧਾਰਿਤ ਹੋਵੇ ਸੱਚ ਤੇ ਅਧਾਰਿਤ ਹੋਵੇ ਇਹ ਚਲਾਕੀ ਦੇ ਉੱਪਰ ਅਧਾਰਿਤ ਹੈ ਡੈਮੋਕ੍ਰੇਸੀ ਹੈ ਹੀ ਚਲਾਕੀ ਦੀ ਖੇਡ ਜਿਹੜਾ ਚਾਲ ਚੱਲ ਗਿਆ ਚੱਲ ਗਿਆ ਇਹ ਬਿਲਕੁਲ ਜਿਸ ਤਰ੍ਹਾਂ ਹੁੰਦਾ ਹੈ ਨਾ ਸ਼ੇਅਰ ਮਾਰਕੀਟ ਉਸੇ ਤਰ੍ਹਾਂ ਹੀ ਇਲੈਕਸ਼ਨਸ ਹੈ ਇਲੈਕਸ਼ਨ ਸ਼ੇਅਰ ਮਾਰਕੀਟ ਦੇ ਬਰਾਬਰ ਦੀ ਚੀਜ਼ ਹੈ ਜਿਸ ਤਰ੍ਹਾਂ ਉੱਥੇ ਨਹੀਂ ਪਤਾ ਲੱਗਦਾ ਇੱਥੇ ਵੀ ਪਤਾ ਲੱਗਦਾ ਲੋਕ ਕੀ ਕਹਿੰਦੇ ਨੇ ਜੀ ਪ੍ਰਸ਼ਨਾਚਾਰ ਪ੍ਰਸ਼ਨਾਚਾਰ ਰਫਾਲ ਵਾਲਾ ਮਾਮਲਾ ਕਿਉਂ ਸੁਪਰੀਮ ਕੋਰਟ ਨੇ ਪਿਛੇ ਪਾਤਾ ਕਿੰਨੇ ਹੀ ਕਿਸੇ ਦਾ ਇਹ ਗਲਾ ਹੋਣਾ ਇਹ ਗਲਾ ਲਗਾਤਾਰ جاری ਰਹਿਣ ਬૌਧਿਕ ਪੱਧਰ ਤੇ ਜਦ ਤੱਕ ਸਾਡਾ ਸੋਸ਼ਲ ਡਿਸਕੋਰਸ ਨਾਲ ਦੇ ਨਾਲ ਨਹੀਂ ਤਰੱਕੀ ਕਰਦਾ ਇਕੱਲਾ ਅੰਦੋਲਨ ਤੇ ਬਹੁਤ ਮੁਸ਼ਕਲ ਹੈ ਕੁਝ ਕਾਮਯਾਬੀ ਹਾਸਲ ਕਰ ਸਕੇ ਬਹੁਤ ਮੁਸ਼ਕਲ ਹੈ ਇੱਕ ਤੁਸੀਂ ਕਹੇ ਸੀ ਵੀ ਜਿਹੜੇ ਸਾਡੇ ਬੁੱਧੀਜੀਵੀ ਆ ਜਾਂ ਇਕਨੋਮਿਸਟ ਨੇ ਉਹ ਜੋ ਰਿਐਲਿਟੀ ਹੈ ਉਹ ਪੇਸ਼ ਹੀ ਕਰਨੋਂ ਹਟ ਗਏ ਕੀ ਇਹ ਕਿਉਂ ਮਤਲਬ ਇਹ ਮੇਰੇ ਖਿਆਲ ਇਹ ਜ਼ਹਿਨੀयत ਹੀ ਰਹੀ ਹੈ ਹਮੇਸ਼ਾ ਬ੍ਰਾਹਮਣਾਂ ਦਾ ਰਾਜ ਕਦੋਂ ਸੀ ਇੱਕ ਪਰਸ਼ੂਰਾਮ ਰਾਜਾ ਹੋਇਆ ਪੁਰਾਣੇ ਸਾਰੇ ਇਤਿਹਾਸ ਬ੍ਰਾਹਮਣ ਰਾਜ ਤੇ ਖੱਤਰੀਆਂ ਦਾ ਸੀ ਹਾਂਜੀ ਰਾਜ ਤੇ ਖੱਤਰੀ ਕਰਦੇ ਸਨ ਬਾਣੀ ਨਵੰਦ ਕਰਦੇ ਸਨ बाकी सारे किसान मजदूर कारीगर ये सा, सारे उस जमाने ਵਿੱਚ शूद्र ਸਨ ਇਹ ਤਾਂ ਪੁਰਾਣੀ ਸਬਤ ਹੈ ਹੁੰਦਾ ਹੀ ਹੈ ਵੈਰੀ 올ਡ ਤੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਯਾਨੀ ਅਸੀਂ ਸੋਚ ਕੇ ਵੋਟ ਪਾਨੇ ਹਰ ਆਦਮੀ ਸੋਚ ਕੇ ਵੋਟ ਪਾਉਂਦਾ ਕਿੰਨੀ ਜ਼ਿਆਦਾ ਤੋਂ ਜ਼ਿਆਦਾ ਵੋਟ ਦੀ ਕੀਮਤ ਕਿੰਨੀ ਹੈ ਇੱਕ ਵੋਟ ਦੀ ਮੇਰੇ ਖਿਆਲੇ 1000 ਤੋਂ 2000 ਰੁਪਏ ਤੱਕ ਹੋਏ। 2000 ਤੋਂ ਜ਼ਿਆਦਾ ਨਹੀਂ ਹੋ ਸਕਦੀ। ਪਰ ਸਾਰੇ ਲੋਕ ਤਾਂ ਪੈਸਾ ਲੈ ਕੇ ਵੋਟਾਂ ਨਹੀਂ ਪਾਉਂਦੇ। ਜੇ ਹਰ ਕੰਸਟਿਟਿਊਐਂਸੀ ਵਿੱਚ ਨਹੀਂ ਦੇ ਪਾਉਂਦੇ। ਜੇ 50% ਕੰਸਟਿਟਿਊਐਂਸੀ ਵਿੱਚ 10% ਵੋਟ ਪਾਉਂਦੇ ਹੋਣ। 10% ਪੈਸੇ ਲੈ ਕੇ। ਸਿਰਫ 10%। ਇਤਨਾ ਮਾਰਜਿਨ ਨਾਲ ਜਿਹੜੇ ਜਿੱਤ ਜਾਂਦੇ। ਕੋਈ 26% ਵੋਟ ਨਾਲ ਜਿੱਤ ਰਿਹਾ। ਕੋਈ 18% ਵੋਟ ਨਾਲ ਜਿੱਤ ਰਿਹਾ ਕੋਈ 42 ਨਾਲ ਜਿੱਤ ਰਿਹਾ ਕੋਈ 50.0 ਨਾਲ ਜਿੱਤ ਰਿਹਾ 17 ਤੋਂ ਟੱਪਦਾ ਕੋਈ ਕੋਈ ਵਿਰਲਾ ਟੱਪ ਵੀ ਜਾਂਦਾ ਹੋਣਾ ਉਹ ਫਿਰ ਅਫਵਾਹ ਦੀ ਵੱਡੀ ਖਬਰ ਬਣੇਗੀ ਜੇ ਇਸ ਤਰ੍ਹਾਂ ਹੋ ਜਾਏ ਨਹੀਂ ਨਹੀਂ ਐਸ ਵਾਰ ਇਹਨੇ ਇੱਕ ਨਵੀਂ ਖੇਡ ਖੇਡੀ ਬਹੁਤ ਬਹੁਤ ਸਿਆਣੀ ਹਾਂਜੀ ਐਸ ਇਲੈਕਸ਼ਨ ਚ ਮਨਮੋਹਨ ਸਿੰਘ ਅਮਰਤਾ ਸੇਨ ਅਭਿਜੀਤ ਬੈਟਰ ਚੈਟਰਜੀ ਬੈਟਰਜੀ ਇਹ ਸਾਰੇ ਰਲ ਮਿਲ ਕੇ ਸ਼ਰੀਫ ਆਦਮੀ ਕੋ ਆਏ ਜਾਂਦੇ ਐ ਇਕਨੋਮਿਸਟ ਤੇ ਸ਼ਰੀਫ ਹੈ ਵੀ ਹੈ ਮਾੜਿਆ ਆਦਮੀ ਨਹੀਂ ਹੈ ਇਹਨਾਂ ਨੇ ਆਪਣੇ ਉਹਦੇ ਤੇ ਮੈਨੀਫੈਸਟੋ ਵਿੱਚ ਪਾ ਲਿਆ ਕਿ 80% ਜਾਂ 70% ਲੋਕਾਂ ਨੂੰ ਰਾਸ਼ਨ ਤੇ ਮਿਲੇਗਾ ਰਾਸ਼ਨ ਤੇ ਪੱਕਾ ਪੈਸਾ ਮਿਲੇਗਾ ਨਾਲ ਉਹਦੇ ਵਿੱਚ ਦਾਲ ਵੀ ਸ਼ਾਮਲ ਹੋਏਗੀ ਫੂਡ ਸਿਕਿਉਰਿਟੀ ਐਕਟ ਵੀ ਇਸ ਗੱਲ 'ਤੇ ਅਸੀਂ ਐਦਾਂ ਦਾ ਬਣਾਵਾਂਗੇ ਮੈਂ ਹੋਰ ਕਿਸੇ ਦਾ ਕੁਛ ਨਹੀਂ ਦੱਸਦਾ ਸਾਡਾ ਇੱਥੇ ਇਹ ਜਿਹੜਾ ਨਾ ਇਹ ਵੈਲ ਟੂ ਡੂ ਲਾ ਕੰ ਦਾ ਲੋਕਾਂ ਦਾ ਇਲਾਕਾ ਹੈ ਸਾਡੇ 15 20 ਬੰਦੇ ਹਰ ਮਹੀਨੇ ਸ਼ਾਮ ਨੂੰ ਇਕੱਠੇ ਉਹਦੇ ਖਾਣਾ ਪੀਣਾ ਖਾਂਦੇ ਬੈਠ ਗੱਪਾਂ ਮਾਰਦੇ ਪਿੱਟ ਪਿੱਟ ਮਰੇ ਕਿਉਂਕਿ 70% ਜੋ ਆਉਂਦੇ ਨਹੀਂ 70% ਆਪ ਵਿਚ ਨਹੀਂ ਆ ਦੇ ਕਹਿੰਦੇ ਲੈ ਬਸ ਨੌਨਸੈਂਸ ਮਨਮੋਹ ਸਿੰਘ ਪਤਨੀ ਮਤ ਮਾਰੀ ਗਈ ਮਨਮੋਹ ਸਿੰਘ ਸਹਣਾ ਆਦਮੀ ਸੀ ਅਸੀਂ ਇੱਧਾ ਬੜੇ ਸਮਰਥਕ ਰਹੇ ਹਾਂ ਦਫਾ ਕਰੋ ਸਾਰੇ ਜੁੱਤੀਆਂ ਮਾਰੋ these were the words used by seniors ek chief engineer retired hon tha ek ohna de vich pata nahi ki hai te fulan matlab bade 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 bande ameer aadmi oh 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 inna ne ki kita inna ne keha kisanan nu assi 6000 rupya ek saal da deange tin kishtan vich haan ji do do hazar rupya tode account vich gaya oh sachi mochi chala gaya ਯਾਨੀ ਰਿਸ਼ਵਤ ਜਿਹੜੀ 2 ਜਮਾ 24000 ਹੋ ਗਈ ਜਾਂ 2 2000 ਜ਼ੀਰੋ ਹੋ ਗਈ ਜੇ ਦੂਸਰੇ ਨੇ ਦੇ ਦਿੱਤੇ ਤੇ ਇਹਨਾਂ ਨੇ ਨਹੀਂ ਦਿੱਤੀ ਤੇ ਇਲੈਕਸ਼ਨ ਕਿਥੇ ਲਿਖੇ ਇਹ ਇਲੈਕਸ਼ਨ ਕੋਈ ਇਲੈਕਸ਼ਨ ਸੀ ਇਹ ਦੇ ਸਿੰਗਲ ਫੈਕਟਰ ਜਿਹੜਾ ਵੀ ਇਸਨੇ ਬੜਾ ਵੱਡਾ ਘੰਟੇ ਕਿਸੇ ਨੇ ਲਿਖਿਆ ਹੀ ਨਹੀਂ ਇਹ ਕਿਸੇ ਸੈਮੀਨਾਰ ਜ ਨਹੀਂ ਆ ਚਲੋ ਮਹਤਾ ਜੀ ਇਸ ਮਾਮਲੇ ਤੇ ਫਿਰ ਕਿਸੇ ਵੇਲੇ ਕਰਾਂਗੇ ਅੱਜ ਦਾ ਟੈਡ ਤੋਂ ਕਾਫੀ ਸੁਵਾਲਾਂ ਦੇ ਅਸੀਂ ਗੱਲਬਾਤ ਕੀਤੀ ਕਵੀ ਡੰਗਾਈ ਤੱਕ ਜਾਣ ਦਾ ਯਤਨ ਕੀਤਾ ਇੱਥੇ ਅਸੀਂ ਅੱਜ ਦੀ ਜਿਹੜੀ ਮੁਲਾਕਾਤ ਹੈ ਨੂੰ ਸਵਮਪਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਅਸੀਂ ਆਪਣੇ ਦਰਸ਼ਕਾਂ ਤੋਂ ਅਗਾ ਲੈਨੇ ਧੰਨਵਾਦ